इन्हां दी मिन्नत करांगा कि आम जनता नूं बख्श दिओ, तुसी अपनी लड़ाई आप लड़ो, एक दूजे दे नेड़े होना चाहते, अपनी लड़ाई आप लड़ो, अपना गुस्सा साडे ते ना कड्डो। ਇਹ ਜਿਹੜਾ ਨਫ਼ਰਤ ਦਾ ਪਹਿਲੂ ਹੈ ਨਾ ਦੋਨਾਂ ਮੁਲਕਾਂ ਦੇ ਵਿੱਚ, ਇਹ ਕੋਈ ਸਾਡੀ ਆਮ ਜਨਤਾ 'ਚ ਨਹੀਂ ਹੈਗਾ, ਆਮ ਲੋਕਾਂ 'ਚ ਨਹੀਂ ਹੈ, ਇਹ ਸਿਰਫ ਮਖਸੂਸ ਲੋਕ ਨੇ, ਮਖਸੂਸ ਲੋਕ ਆ ਉਹਨੂੰ ਹਵਾ ਦਿੰਦੇ, ਮਖਸੂਸ ਲੋਕ ਨੇ, ਇੰਡੀਆ 'ਚ ਵੀ ਮਖਸੂਸ ਲੋਕ ਨੇ, ਪਾਕਿਸਤਾਨ 'ਚ ਵੀ, ਪਾਕਿਸਤਾਨ 'ਚ ਵੀ ਮਖਸੂਸ ਲੋਕ ਨੇ, ਔਰ ਉਹ ਮੈਂ ਉਹਨਾਂ ਨੂੰ ਨਾ ਇੰਡੀਆ ਦੇ ਸਮਝਦਾ ਨਾ ਪਾਕਿਸਤਾਨ ਦੇ ਸਮਝਦਾ, ਉਹ ਦੋਨੇ ਹੀ ਆਪਣੇ ਮੁਲਕਾਂ ਦੇ ਨਹੀਂ ਹੈ, ਉਹ ਆਪਣੇ ਆਪ ਦੇ ਨਹੀਂ ਹੈ, ਉਹ ਅਮਨ ਦੇ ਦੁਸ਼ਮਣ ਨੇ, ਅਮਨ ਦੇ ਦੋਨਾਂ ਮੁਲਕਾਂ ਦੇ ਦੁਸ਼ਮਣ ਨੇ, ਔਰ ਦੋਨਾਂ ਲੋਕਾਂ ਦੇ ਜਿਹੜੇ ਵਾਸੀ ਨੇ ਉਹਨਾਂ ਦੇ ਦੁਸ਼ਮਣ ਨੇ, ਉਹ ਪਿਆਰ ਦੇ ਦੁਸ਼ਮਣ ਨੇ, ਉਹ ਮੁਹੱਬਤ ਦੇ ਦੁਸ਼ਮਣ ਨੇ, ਉਹ ਅਮਨ ਦੇ ਦੁਸ਼ਮਣ ਨੇ। ਉਹ ਮੇਰੇ ਨਾਲ ਗਿਆ, ਅਸੀਂ ਦੋਨਾਂ ਨੇ ਇਕੱਠਿਆਂ ਸਫ਼ਰ ਕੀਤਾ, ਉਹ ਹਿੰਦੂ ਮੈਂ ਮੁਸਲਮਾਨ, ਉਹ ਇੰਡੀਅਨ ਮੈਂ ਪਾਕਿਸਤਾਨੀ, ਔਰ ਮੈਂ ਜਦੋਂ ਅਸੀਂ ਇਕੱਠੇ ਗਏ ਹਾਂ, ਅਸੀਂ ਇੱਕ ਟੈਕਸੀ ਵਿੱਚ ਗਏ, ਅਸੀਂ ਦੋਨਾਂ ਨੇ ਇਕੱਠੇ ਟੈਕਸੀ ਕਰਵਾਈ, ਟੈਕਸੀ 'ਚ ਗਏ ਹਾਂ, ਅੱਗੇ ਜਦੋਂ ਅਸੀਂ ਗਏ ਆਪਣਾ ਉੱਥੇ ਰੇਲਵੇ ਸਟੇਸ਼ਨ 'ਤੇ ਪਹੁੰਚੇ ਹਾਂ, ਅਤੇ ਮੈਨੂੰ ਪਤਾ ਨਹੀਂ ਸੀ ਹੈਗਾ ਕਿ ਵੀ ਆਪਣਾ ਦਾ ਕੀ ਤਰੀਕੇਕਾਰ ਆ ਟਿਕਟ ਲੈਣ ਦਾ, ਉਹਨੇ ਮੈਨੂੰ ਪੂਰਾ ਗਾਈਡ ਕੀਤਾ, ਬੜੀ ਮੁਹੱਬਤ ਕੀਤੀ ਉਸ ਬੰਦੇ ਨੇ, ਉਹਨੇ ਮੇਰੇ ਕਾਗਜ਼ ਲੈ ਕੇ ਮੈਨੂੰ ਖੁਦ ਟਿਕਟ, ਮੈਨੂੰ ਲਾਈਨ 'ਚ ਵੀ ਨਹੀਂ ਲੱਗਣਾ ਪਿਆ, ਪੜ੍ਹਿਆ ਲਿਖਿਆ ਗੌਰਮੈਂਟ ਕਾਲਜ ਫੈਸਲਾਬਾਦ 'ਚ ਸੀਗਾ, ਉਹ ਮੈਨੂੰ ਮੇਰੇ ਗੱਲ ਲਾ ਕੇ ਰੋਇਆ, ਅੱਛਾ, ਉਹ ਇੰਨਾ ਜਜ਼ਬਾਤੀ, ਮੈਨੂੰ ਜਾਣ ਲੱਗ, ਮੈਨੂੰ ਕਹਿੰਦਾ ਤੂੰ ਵਾਪਸ ਜਾਣਾ ਫੈਸਲਾਬਾਦ ਜਦੋਂ ਜਾਏਗਾ ਨਾ, ਯਾਰ ਮੈਂ ਗੌਰਮੈਂਟ ਕਾਲਜ 'ਚ ਪੜ੍ਹਦਾ ਰਿਹਾ, ਉਹਦੀਆਂ ਕੰਧਾਂ ਨੂੰ ਚੁੰਮ ਕੇ, ਉਹਨਾਂ ਦੀਆਂ ਕੰਧਾਂ ਨੂੰ ਚੁੰਮ ਕੇ ਇੱਕ ਵਾਰੀ ਬੋਸਾ ਜ਼ਰੂਰ ਦੇਈਂ, ਕਿਆ ਬਾਤ ਹੈ, ਇਹ ਜਜ਼ਬਾ ਹੈ ਜਿਹੜੇ ਜਿੱਥੇ ਤੁਸੀਂ ਜੰਮੇ ਪਲੇ ਹੁੰਦੇ ਹੋ, ਇਹ ਜਜ਼ਬਾ ਹੁੰਦਾ ਹੈ, ਸਾਡੇ ਵਿੱਚ ਵੀ ਹੈ, ਸਾਨੂੰ ਵੀ ਸ਼ੌਕ ਹੈ ਜਿੱਥੇ ਸਾਡੇ ਬਜ਼ੁਰਗ ਜੰਮੇ ਨੇ, ਅਸੀਂ ਉੱਥੇ ਜਾ ਕੇ ਫਿਰੀਏ ਟੁਰੀਏ ਦੇਖੀਏ ਜਿੱਥੇ ਸਾਡੇ ਬਜ਼ੁਰਗਾਂ ਨੇ ਬਚਪਨ ਗੁਜ਼ਾਰਿਆ, ਸਾਡਾ ਵੀ ਦਿਲ ਕਰਦਾ, ਲੇਕਿਨ ਕੀ ਹੈ ਪਾਬੰਦੀਆਂ ਨੇ, ਸਾਨੂੰ ਵੀਜ਼ਾ ਨਹੀਂ ਮਿਲਦਾ, ਨਹੀਂ ਵੀਜ਼ਾ ਮਿਲਦਾ, ਸਹੀ। ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ, ਮੈਂ ਨਾਸਰ ਕਿਸਾਨਾ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਏਕ ਪਿੰਡ ਪੰਜਾਬ ਦਾ। ਸਾਡੇ ਨਾਲ ਅੱਜ ਅਮਜਦ ਇਸਲਾਮ ਅਮਜਦ ਸਾਹਿਬ ਮੌਜੂਦ ਨੇ, ਇਹਨਾਂ ਦੇ ਬਾਰੇ ਦੱਸਦੇ ਜਾਂਦੇ ਹਾਂ ਕਿ ਇਹ ਇੰਡੀਆ ਦਾ ਵੀ ਚੱਕਰ ਲਾ ਕੇ ਆਏ ਆ, ਅਤੇ ਅੱਜ ਦਾ ਜਿਹੜਾ ਸਾਡਾ ਇੰਟਰਵਿਊ ਆ ਉਹ ਇਸੇ ਮੁਤਲਕ ਆ ਕਿ ਇੰਡੀਆ ਵਿੱਚ ਜਦੋਂ ਇਹ ਗਏ ਸੀਗੇ, ਕਿਉਂਕਿ ਜੋ ਵੀ ਬੰਦਾ ਇੰਡੀਆ 'ਚੋਂ ਇੱਧਰ ਆਉਂਦਾ ਜਾਂ ਇੱਧਰ ਵਾਲਾ ਉੱਧਰ ਜਾਂਦਾ, ਉਹ ਇੱਕ ਅਮਨ ਦਾ ਸਫੀਰ ਬਣ ਕੇ ਜਾਂਦਾ ਆ, ਆਪਣੇ ਜਿਹੜੇ ਉਹਨਾਂ ਨਾਲ ਮਾਮਲਾਤ ਪੇਸ਼ ਆਉਂਦੇ ਆ, ਜੋ ਗੱਲਾਂ ਬਾਤਾਂ ਉੱਧਰ ਦੀਆਂ ਪਿਆਰ ਮੁਹੱਬਤ ਨੂੰ ਲੈ ਕੇ ਜਾਂ ਕੋਈ ਮਿਸਹੈਪ ਹੁੰਦਾ, ਉਹ ਵੀ ਆਪਾਂ ਸਾਰੀਆਂ ਡਿਸਕਸ ਕਰਨੀਆਂ, ਉਹ ਸਾਰੀਆਂ ਨਾ ਸਮਝ ਲਓ ਕਿ ਆਪਣੀ ਪੂਰੀ ਬਰਾਦਰੀ ਵੱਲੋਂ, ਆਪਣੀ ਪੂਰੀ ਕੌਮ ਵੱਲੋਂ ਉਹਦੀ ਨੁਮਾਇੰਦਗੀ ਕਰਦਾ ਹੁੰਦਾ, ਔਰ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਜਿਹੜੇ ਲੋਕ ਇੱਧਰੋਂ ਆਉਂਦੇ ਜਾਂਦੇ ਆ, ਇਹ ਇੱਕ ਅੱਛਾ ਹੀ ਇਮੇਜ ਜਿਹੜਾ ਲੈ ਕੇ ਆਉਣਗੇ ਔਰ ਜਾਣਗੇ, ਇਸੇ ਚੀਜ਼ਾਂ ਨੂੰ ਲੈ ਕੇ ਆਪਾਂ ਇਹਨਾਂ ਨਾਲ ਡਿਸਕਸ ਕਰਨੀਆਂ ਗੱਲਾਂ ਬਾਤਾਂ, ਕਿਉਂਕਿ ਇਹਨਾਂ ਦੀ ਜਿਹੜੀ ਗੱਲ ਦੇ ਵਿੱਚ ਅਸਰ ਬੜਾ ਹੁੰਦਾ ਆ, ਇੱਕ ਆਪ ਬੀਤੀ ਹੁੰਦੀ, ਹੱਡ ਬੀਤੀ ਹੁੰਦੀ, ਉਹ ਦੱਸਣੀ ਹੁੰਦੀ ਆ, ਉਹਦੇ ਨਾਲ ਬਹੁਤ ਸਾਰੇ ਜਿਹੜੇ ਘਰ ਬੈਠੇ ਲੋਕਾਂ ਦੇ ਖੌਫ ਹੁੰਦੇ ਆ, ਉਹ ਕਿਸੇ ਹੱਦ ਤੱਕ ਘੱਟ ਜਾਂਦੇ ਆ ਜਾਂ ਮੁੱਕ ਜਾਂਦੇ ਆ। ਅਸੀਂ ਵੈਲਕਮ ਕਰਦੇ ਹਾਂ ਜੀ ਅਮਜਦ ਸਾਹਿਬ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ, ਅਤੇ ਤੁਸੀਂ ਸਾਨੂੰ ਇਹ ਦੱਸਣਾ ਕਿ ਆਪਣਾ ਇੰਡੀਆ ਦਾ ਚੱਕਰ ਜਦੋਂ ਲੱਗਾ ਸੀ, ਕਿਹੜੀ ਸੰਨ 'ਚ ਲੱਗਾ ਸੀਗਾ, ਅਤੇ ਕਿੰਨੇ ਦਿਨਾਂ ਦਾ ਲੱਗਾ ਸੀ, ਤਾਂ ਉਹ ਵੀਜ਼ਾ ਜਿਹੜਾ ਆਪਾਂ ਲਿਆ ਸੀ ਉਹਦਾ ਕੀ ਪ੍ਰੋਸੈਸ ਸੀਗਾ? ਬਿਸਮਿਲ੍ਲਾ ਰਹਿਮਾਨ ਰਹੀਮ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਇੰਡੀਆ ਜਾਣ ਦਾ ਜਿਹੜਾ ਉਹ ਇੱਕ ਚੱਕਰ ਲੱਗਿਆ ਸੀ ਇੰਡੀਆ ਦਾ, ਉਹ ਮੈਂ ਤੁਹਾਡੇ ਸਾਹਮਣੇ ਰੱਖਦਾ ਉਸ ਚੱਕਰ ਦੀ ਸਾਰੀ ਸੂਰਤ ਹਾਲ। ਸਭ ਤੋਂ ਪਹਿਲਾਂ ਤਾਂ ਇਹ ਜੀ ਕਿ ਮੈਂ ਉੱਥੇ ਇੰਡੀਆ ਕੋਈ ਪ੍ਰਾਈਵੇਟ ਵਿਜ਼ਿਟ 'ਤੇ ਨਹੀਂ ਸੀ ਗਿਆ, ਉਹ ਇੱਕ ਸਰਕਾਰੀ ਵਿਜ਼ਿਟ ਸੀ, ਮੈਂ ਸਰਕਾਰੀ ਮਹਿਮਾਨ ਸੀਗਾ ਉੱਥੇ। ਅੱਛਾ ਜੀ। ਔਰ ਉਹਨਾਂ ਦੀ ਇੱਕ ਵਫਾਕੀ ਜਿਹੜੀ ਇੱਕ ਵਜ਼ਾਰਤ ਹੈ, ਉਹਨਾਂ ਦੇ ਜ਼ੇਰੇ ਇਹਤਮਾਮ ਇੱਕ ਜ਼ੇਰੇ ਇੰਤਜ਼ਾਮ ਇੱਕ ਅਦਾਰਾ ਹੈ, ਕੌਮੀ ਕੌਂਸਲ ਬਰਾਏ ਫਰੋਗ ਉਰਦੂ ਜ਼ਬਾਨ, ਉਰਦੂ ਜ਼ਬਾਨ, ਉਰਦੂ ਜ਼ਬਾਨ ਦੇ ਫਰੋਗ ਵਾਸਤੇ ਪੂਰੇ ਇੰਡੀਆ ਦੇ ਵਿੱਚ ਉਹ ਅਦਾਰਾ ਉਹਨਾਂ ਦਾ ਕੰਮ ਕਰਦਾ ਜੀ, ਔਰ ਉਹਦਾ ਸਾਲਾਨਾ ਬਜਟ ਕੋਈ 2 ਅਰਬ ਰੁਪਏ ਇੰਡੀਆ ਦੇ ਹੁੰਦੇ ਨੇ ਸਾਲਾਨਾ ਬਜਟ, ਉਸ ਬਜਟ 'ਚ ਰਹਿ ਕੇ ਪੂਰੇ ਇੰਡੀਆ ਦੇ ਵਿੱਚ ਉਰਦੂ ਜ਼ਬਾਨ ਦੀ ਦੇ ਫਰੋਗ ਵਾਸਤੇ ਉਹ ਕੰਮ ਕਰਦੇ ਜੀ, ਅਤੇ ਬੜਾ ਬਹੁਤ ਬੜਾ ਅਦਾਰਾ ਹੈ, ਸਰਕਾਰੀ ਅਦਾਰਾ। ਉਹਨਾਂ ਦਾ ਇੱਕ ਇੱਕ ਆਲਮੀ ਕਾਨਫਰੰਸ ਸੀਗੀ ਜਿਹਦੇ ਵਿੱਚ ਮੈਨੂੰ ਸ਼ਿਰਕਤ ਕਰਨ ਦਾ ਮੌਕਾ ਮਿਲਿਆ, ਬਤੌਰ ਸਹਾਫੀ, ਸਹਾਫੀ, ਔਰ ਮੈਂ ਉਹਨਾਂ ਦਾ ਸਰਕਾਰੀ ਮਹਿਮਾਨ ਸੀ, ਔਰ ਉਹਨਾਂ ਦਾ ਮੌਜੂ ਸੀਗਾ ਉਰਦੂ ਸਹਾਫਤ ਦੇ
200 साल उस कॉन्फ्रेंस। ठीक है जी। ਉਹ ਮੈਨੂੰ ਮੌਕਾ ਮਿਲਿਆ ਸੀ ਉਹਦੀ ਵਜ੍ਹਾ ਤੋਂ ਜਾਣ ਦਾ, ਨਹੀਂ ਤੇ ਇੰਡੀਆ ਦਾ ਵੀਜ਼ਾ ਤੇ ਐਡੀ ਜਲਦੀ ਨਹੀਂ ਮਿਲਦਾ ਹੈਗਾ, ਔਖਾ ਮਿਲਦਾ ਉਹ, ਬਲਕਿ ਨਾ ਮੁਮਕਿਨਾਂ ਚ ਸ਼ਾਮਿਲ ਹੁੰਦਾ ਹੈ ਬਿਲਕੁਲ। ਮੌਜੂਦਾ ਦੌਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਉਹ ਬਿਲਕੁਲ ਬੇਜਾ ਨਹੀਂ ਹੈਗੀ, ਔਖਾ ਆ ਬਹੁਤ ਔਖਾ ਕੰਮ। 2016 ਦਾ ਇਹ ਵਿਜ਼ਿਟ ਸੀਗਾ ਜਦੋਂ ਮੈਂ ਇੰਡੀਆ ਗਿਆ ਸੀ। ਠੀਕ ਹੈ ਜੀ। ਔਰ ਮੇਰੇ ਕੋਲ ਤਿੰਨੋਂ ਹੀ ਆਪਸ਼ਨ ਸੀਗੇ ਕਿ ਮੈਂ ਉਹ ਬਾਈ ਰੋਡ ਚਲ ਜਾਵਾਂ, ਬਾਈ ਏਅਰ ਚਲ ਜਾਵਾਂ, ਬਾਈ ਏਅਰ ਚਲ ਜਾਵਾਂ, ਦੋਨੋਂ ਮੇਰੇ ਕੋਲ ਆਪਸ਼ਨ ਸੀ, ਬਾਈ ਬੱਸ ਵੀ ਜਾ ਸਕਦਾ ਸੀ, ਬਾਈ ਟ੍ਰੇਨ ਵੀ ਜਾ ਸਕਦਾ ਸੀ, ਤੇ ਮੈਂ ਫਿਰ ਉੱਥੇ ਤਰਜੀਹ ਦਿੱਤੀ ਸੀ ਕਿ ਮੈਂ ਬਾਈ ਟ੍ਰੇਨ ਜਾਵਾਂ ਤਾਂ ਕਿ ਇੰਡੀਆ ਵੇਖਦਾ ਜਾਵਾਂ। ਅੱਛਾ, ਤੇ ਫਿਰ ਤੁਸੀਂ ਟ੍ਰੇਨ ਤੇ ਗਏ ਹੈ? ਫਿਰ ਮੈਂ ਇੱਥੋਂ ਲਾਹੌਰੋਂ ਵਾਹਗਾ ਬਾਰਡਰ ਪਾਸ ਕੀਤਾ, ਉੱਥੋਂ ਸਾਰੇ ਕਾਨੂੰਨੀ ਤਕਾਜ਼ੇ ਪੂਰੇ ਕਰਕੇ ਇਮੀਗ੍ਰੇਸ਼ਨ ਤੋਂ ਬਾਅਦ ਫਿਰ ਉਹ ਜੋ ਇੰਡੀਆ 'ਚ ਅਸੀਂ ਗਏ ਹਾਂ ਉਹ ਉੱਥੋਂ ਫਿਰ ਬਜ਼ਰੀਆ ਵੈਗਨ ਅੰਮ੍ਰਿਤਸਰ ਗਏ। ਉਹ ਤਾਂ ਫਿਰ ਉਹਨਾਂ ਨੇ ਹਾਇਰ ਕੀਤੀ ਹੋਣੀ ਨਾ? ਨਹੀਂ, ਉਹ ਜਾਣਾ ਤੇ ਆਪ ਹੀ ਸੀਗਾ। ਅੱਛਾ। ਲੇਕਿਨ ਉਹਦੇ ਜੋ ਵੀ ਅਖਰਾਜਾਤ ਸੀਗੇ ਉਹ ਸਾਨੂੰ ਉਹਨਾਂ ਨੇ ਦੇਣੇ ਸੀ, ਤੇ ਉਹਦੇ ਸਫ਼ਰ ਦੇ ਜਿੰਨੇ ਅਖਰਾਜਾਤ ਸਨ ਉਹਨਾਂ ਨੇ ਹੀ ਦੇਣੇ ਸੀਗੇ, ਤੇ ਉਹ ਸਾਡੀ ਆਪਣੀ ਆਪਸ਼ਨ ਸੀ, ਅਸੀਂ ਬਾਈ ਜਹਾਜ਼ ਚਲੇ ਜਾਈਏ, ਸਹੀ ਗੱਲ, ਬਾਈ ਟ੍ਰੇਨ ਚਲੇ ਜਾਈਏ ਤੇ ਜਾਂ ਬਾਈ ਬੱਸ ਚਲੇ ਜਾਈਏ, ਤੇ ਮੈਂ ਤਰਜੀਹ ਇਸ ਕਰਕੇ ਦਿੱਤੀ ਸੀ ਪਤਾ ਨਹੀਂ ਬਾਅਦ ਵਿੱਚ ਮੌਕਾ ਮਿਲਣਾ ਜਾਂ ਨਹੀਂ ਮਿਲਣਾ। ਆਹ ਜਿਹੜਾ ਇੱਕ ਜ਼ਮੀਨੀ ਰਾਸਤਾ ਉਹਦੇ ਵਿੱਚ ਬਹੁਤੀਆਂ ਚੀਜ਼ਾਂ ਦੇਖਣ ਦਾ ਮੌਕਾ ਮਿਲਦਾ, ਬੰਦਾ ਉਹ ਇੰਜੋਏ ਕਰਦਾ ਜਾਂਦਾ। ਇਸ ਤਰ੍ਹਾਂ ਫਿਰ ਉਹ ਬਜ਼ਰੀਆ ਟ੍ਰੇਨ ਜਿਹੜਾ ਸੀ ਉਹ ਮੈਂ। ਅੱਛਾ, ਜਦੋਂ ਤੁਸੀਂ ਵਾਹਗਾ ਲੰਘੇ ਉਹਨਾਂ ਵਾਲੀ ਸਾਈਡ ਤੇ ਗਏ ਆ, ਉਹਨਾਂ ਨੇ ਵੀ ਜ਼ਾਹਰ ਆਪਣੀ ਜਾਂਚ ਪੜਤਾਲ ਪੁੱਛ ਪੜਤਾਲ, ਹਾਂਜੀ, ਉਹ ਜਿਹਦਾ ਜੋ ਆਪਣਾ ਇੱਕ ਉਹਨਾਂ ਦੇ ਕੀ ਤੁਹਾਡਾ ਰਵੱਈਆ ਸੀਗੇ? ਕੋਈ ਖਾਸ ਰਵੱਈਆ ਨਹੀਂ ਸੀ, ਇੱਕ ਆਮ ਜਿਸ ਤਰ੍ਹਾਂ ਇੱਕ ਉਹ ਤੁਸੀਂ ਪਾਕਿਸਤਾਨੀ ਸੀ, ਤੁਹਾਨੂੰ ਪਿਆਰ ਮਿਲਿਆ ਜਾਂ ਤੁਹਾਨੂੰ ਇੱਕ ਆਮ ਉਹਨਾਂ ਲੋਕਾਂ ਤਰ੍ਹਾਂ ਨਿਗਾਹ ਦਿੱਤਾ ਉਹਨਾਂ ਨੇ? ਮਤਲਬ ਇਹ ਨਹੀਂ ਮੈਂ ਕਹਿ ਸਕਦਾ ਕਿ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਜਿਹੜਾ ਵੱਧ ਚੜ੍ਹ ਕੇ ਮੇਰੇ ਨਾਲ ਕੀ ਕੀਤਾ, ਮਤਲਬ ਇੱਕ ਨਾਰਮਲ ਜਿਹਾ ਉਹਨਾਂ ਨੇ ਆਪਣਾ ਬਿਹੇਵ ਕੀਤਾ ਜੋ ਇੱਕ ਕਾਨੂੰਨੀ ਤਰੀਕੇ ਨਾਲ ਕੀਤਾ ਜਾਂਦਾ ਹੈ ਇਮੀਗ੍ਰੇਸ਼ਨ ਦੇ ਮੌਕੇ ਦੇ ਉੱਤੇ। ਪਹਿਲੀ ਵਾਰੀ ਜਦੋਂ ਤੁਸੀਂ ਉਹਨਾਂ ਦੀ ਹਦੂਦ ਵਿੱਚ ਉਹਨਾਂ ਦੇ ਸਮਝ ਲਓ ਵੀ ਸਾਈਡ ਤੇ ਚਲੇ ਗਏ ਆ, ਕੀ ਫੀਲਿੰਗ ਸੀ ਅੰਦਰ ਦੀ ਤੁਹਾਡੀ ਜੋ ਇੱਕ ਬਜ਼ੁਰਗਾਂ ਤੋਂ ਆਪਣੇ? ਮੈਂ ਇੱਕ ਪਹਿਲੀ ਦਫਾ ਜਦੋਂ ਤੁਸੀਂ ਜਾਂਦੇ ਹੋ, ਖਾਸ ਤੌਰ ਤੇ ਇੰਡੀਆ 'ਚ ਜੋ ਤੁਸੀਂ ਜਾਂਦੇ ਹੋ, ਜੋ ਸਾਡੇ ਦੋਨਾਂ ਮੁਲਕਾਂ ਦੇ ਆਪਸ 'ਚ ਮਾਮਲਾਤ ਨੇ ਕਸ਼ੀਦਾ ਆ, ਕਸ਼ੀਦਾ ਹੋਣ ਦੀ ਵਜ੍ਹਾ ਤੋਂ ਇੱਕ ਪ੍ਰੈਸ਼ਰ ਜ਼ਰੂਰ ਸੀਗਾ, ਪ੍ਰੈਸ਼ਰ ਸੀਗਾ, ਇੱਕ ਪ੍ਰੈਸ਼ਰ ਸੀ ਕਿ ਪਤਾ ਨਹੀਂ ਉਹ ਮੈਂ ਬਾਰਡਰ ਕ੍ਰਾਸ ਕਰਕੇ ਜਿਹੜਾ ਉਹ ਜਾਵਾਂਗਾ ਤੇ ਕੀ ਸਲੂਕ ਕਰਨਗੇ ਕੀ ਨਹੀਂ ਕਰਨਗੇ, ਇੱਕ ਪ੍ਰੈਸ਼ਰ ਜ਼ਰੂਰ ਸੀਗਾ। ਲੇਕਿਨ ਇਹ ਆ ਕਿ ਵੀ ਉਹ ਮਤਲਬ ਕੋਈ ਐਡਾ ਮੈਨੂੰ ਜੋ ਮੇਰੀ ਮੈਂ ਜ਼ਿਹਨ 'ਚ ਮੇਰੇ 'ਚ ਪ੍ਰੈਸ਼ਰ ਸੀ ਉਹਦੇ ਮੁਤਾਬਕ ਕੋਈ ਐਸਾ ਮੈਨੂੰ ਉੱਥੇ ਕੋਈ ਰੱਦੇ ਅਮਲ। ਆਪਣੇ ਬਜ਼ੁਰਗ ਜਿਹੜੇ ਇੱਥੋਂ ਦੇ ਸੀ ਸ਼ੁਰੂ ਤੋਂ ਰਹਿਣ ਵਾਲੇ ਜਾਂ ਉਧਰੋਂ ਆਏ ਸੀ? ਨਹੀਂ ਜੀ, ਮੇਰੇ ਬਜ਼ੁਰਗ ਜਿਹੜੇ ਸੀ ਮੇਰੇ ਦਾਦਾ ਜੀ ਜਿਹੜੇ ਸੀਗੇ ਉਹਨਾਂ ਦਾ ਤਲਕ ਜਲੰਧਰ ਨਾਲ ਸੀਗਾ। ਅੱਛਾ, ਤੇ ਜਲੰਧਰ ਦਾ ਇੱਕ ਪਿੰਡ ਹੈ, ਪਤਾ ਨਹੀਂ ਹੁਣ ਨਾਮ ਹੈ ਸਹੀ ਲੈ ਰਿਹਾ ਉਹਦਾ ਕਿ ਨਹੀਂ, ਰੁੜਕਾ ਘੁੜਕਾ ਨੂੰ ਸ਼ਾਇਦ ਕਹਿੰਦੇ ਸੀਗੇ, ਰੁੜਕਾ ਰੁੜਕਾ ਹੈਗਾ, ਰੁੜਕਾ ਇੱਦਾਂ ਦਾ ਪਿੰਡ ਸੀਗਾ ਸਰ ਜਿਹੜਾ ਸਾਨੂੰ ਵਾਲਾ ਸਾਹਿਬ ਨੇ ਸਾਨੂੰ ਦੱਸਿਆ ਸੀ ਕਿ ਸਾਡਾ ਪਿੰਡ ਹੈ, ਤੇ ਜ਼ਿਲ੍ਹਾ ਸਾਡਾ ਜਲੰਧਰ ਸੀ, ਜਿਹੜਾ ਮੇਰਾ ਨਾਨਕਾ ਹੈ ਉਹ ਹੁਸ਼ਿਆਰਪੁਰ ਦਾ ਸੀ। ਅੱਛਾ, ਫਿਰ ਤਾਂ ਦੁਆਬੀ ਹੈ ਤੁਸੀਂ? ਹਾਂਜੀ ਹਾਂਜੀ। ਤੇ ਜਲੰਧਰ ਦੇ ਲੋਕ ਤੁਹਾਨੂੰ ਪਤਾ ਹੀ ਹੈ ਮਾਸ਼ਾਅੱਲਾ, ਪੜ੍ਹੇ ਲਿਖੇ ਲੋਕ, ਬੜੇ ਉਹ ਇੱਕ ਲਿਟਰੇਰੀ ਬੰਦੇ ਜੀ ਜਲੰਧਰ ਦੇ ਔਰ ਲੁਧਿਆਣੇ ਦੇ ਔਰ ਬਾਕੀ। ਅਮਜਦ ਭਾਈ, ਤੁਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਗਏ ਜੀ, ਜੀ ਉੱਥੇ ਪਹੁੰਚ ਕੇ ਤੁਹਾਨੂੰ ਕਿਹਨਾਂ ਲੋਕਾਂ ਨੇ ਵੈਲਕਮ ਕੀਤਾ ਉੱਥੋਂ ਜੀ? ਆਪਣਾ ਜਦੋਂ ਦਿੱਲੀ, ਮੈਂ ਦਿੱਲੀ ਪਹੁੰਚਿਆ ਰੇਲਵੇ ਸਟੇਸ਼ਨ ਤੇ, ਦਿੱਲੀ ਦੇ ਤਾਂ ਨਜ਼ਾਰੇ ਹੀ ਹੋਰ ਹੋਣਾ, ਦਿੱਲੀ ਨਜ਼ਾਰਾ ਜੀ ਇਦਾਂ ਹੀ ਆ, ਤੁਸੀਂ ਜਿੱਦਾਂ ਲਾਹੌਰ ਫਿਰਦੇ ਪਏ, ਲਾਹੌਰ ਫਿਰਦੇ ਆ, ਉੱਥੇ ਮਾਹੌਲ ਮੈਂ ਹੀ ਮਹਿਸੂਸ ਕੀਤਾ ਕਿ ਜਿੱਦਾਂ ਤੁਸੀਂ ਲਾਹੌਰ ਫਿਰਦੇ ਪਏ ਹੋ, ਉਹ ਸੇਮ ਕਲਚਰ ਹੈ ਤੇ ਪੰਜਾਬੀ ਤੁਸੀਂ ਬੋਲਦੇ ਹੋ ਤਾਂ ਤੁਸੀਂ ਉੱਥੇ ਤੁਹਾਨੂੰ ਕੋਈ ਪਛਾਣ ਨਹੀਂ ਸਕਦਾ ਕਿ ਤੁਸੀਂ ਇੰਡੀਆ ਨਾਲ ਤੁਹਾਡਾ ਤਲਕ ਹੈ ਜਾਂ ਪਾਕਿਸਤਾਨ ਨਾਲ ਤਲਕ। ਕੱਪੜਿਆਂ ਤੋਂ ਥੋੜਾ ਜਿਹਾ ਪਤਾ, ਕੱਪੜਿਆਂ ਤੋਂ ਮਤਲਬ ਕੋਈ ਏਡਾ ਖਾਸ ਨਹੀਂ ਪਤਾ ਲੱਗਦਾ, ਜੇ ਤੁਸੀਂ ਅਗਰ ਤੁਹਾਡੀ ਸਲਵਾਰ ਕਮੀਜ਼ ਤੋਂ ਥੋੜਾ ਜਿਹਾ ਜੱਜ ਕਰ ਲੈਂਦੇ। ਹਾਂਜੀ, ਲੇਕਿਨ ਅਗਰ ਤੁਸੀਂ ਸਲਵਾਰ ਕਮੀਜ਼ ਨਹੀਂ ਪਾਈ ਤੇ ਤੁਸੀਂ ਅਗਰ ਪੈਂਟ ਸ਼ਰਟ ਪਾਈ ਹੈ ਫਿਰ ਨਹੀਂ ਪਛਾਣਿਆ, ਕਿਉਂਕਿ ਮਾਂਦਰੇ ਸਾਡੇ ਸਾਰਿਆਂ ਦੇ ਇੱਕ ਜਿਹੇ ਮਿਲਦੇ ਨੇ, ਬੋਲੀ ਮਿਲਦੀ ਹੈ, ਉਰਦੂ ਦੀ ਸਪੀਕਿੰਗ ਦਾ ਸਾਡਾ ਲਹਿਜਾ ਜਿਹੜਾ ਉਹ ਇੱਕੋ ਜਿਹਾ, ਤੇ ਉਹ ਮਤਲਬ ਏਡਾ ਕੋਈ ਖਾਸ ਨਹੀਂ ਪਤਾ ਲੱਗਦਾ। ਹਾਂ, ਥੋੜੇ ਜਿਹੇ ਪੰਜਾਬੀ ਦੇ ਵਰਡ ਜਿਹੜੇ ਨੇ ਅਸੀਂ ਬੋਲਦੇ ਹਾਂ, ਉਹ ਥੋੜੇ ਜਿਹੇ ਆਪਣਾ ਖਾਲਸ ਬੋਲਦੇ ਨੇ, ਸਾਡੇ ਵਿੱਚ ਥੋੜੀ ਜਿਹੀ ਮਿਕਸਅਪ ਹੈਗੀ, ਉਰਦੂ ਵੀ ਮਿਕਸ ਆ ਤੇ ਪੰਜਾਬੀ ਜਿਹੜੀ ਰਲੀ ਮਿਲੀ ਬੋਲਦੇ ਹਾਂ ਅਸੀਂ, ਤੇ ਉਹ ਏਡਾ ਕੋਈ ਖਾਸ ਨਹੀਂ। ਲੇਕਿਨ ਇਹ ਆ ਕਿ ਵੀ ਦਿੱਲੀ ਜਦੋਂ ਮੈਂ ਇੰਟਰ ਹੋਇਆ ਰੇਲਵੇ ਸਟੇਸ਼ਨ, ਰੇਲਵੇ ਸਟੇਸ਼ਨ ਦੇ ਆਪਣੇ ਨਜ਼ਾਰੇ ਸਨ, ਬਹੁਤ ਬੜਾ ਰੇਲਵੇ ਸਟੇਸ਼ਨ ਸੀ ਉਹਨਾਂ ਦਾ, ਤੇ ਉਹ ਬੰਦਾ ਫਿਰ ਫਿਰ ਕੇ ਥੱਕ ਜਾਂਦਾ, ਲੇਕਿਨ ਰੇਲਵੇ ਸਟੇਸ਼ਨ ਇੰਨਾ ਵੱਡਾ ਉਹਨਾਂ ਦਾ ਰੇਲਵੇ ਸਟੇਸ਼ਨ। ਉੱਥੋਂ ਫਿਰ ਮੈਂ ਬਾਹਰ ਜਦੋਂ ਰੇਲਵੇ ਸਟੇਸ਼ਨ ਤੋਂ ਬਾਹਰ ਆਇਆ, ਉੱਥੋਂ ਆ ਕੇ ਫਿਰ ਮੈਂ ਆਪਣੇ ਹੋਟਲ ਵਾਸਤੇ ਜਿਹੜਾ ਟੈਕਸੀ ਕਰਵਾਈ ਹੈ, ਐਡਰੈਸ ਮੇਰੇ ਕੋਲ ਸੀ ਜਿਹੜਾ ਮੈਨੂੰ ਦਿੱਤਾ ਗਿਆ ਸੀ, ਉਹਦੇ ਮੁਤਾਬਕ ਮੈਂ ਟੈਕਸੀ ਕਰਵਾਈ ਹੈ, ਟੈਕਸੀ ਕਰਵਾ ਕੇ ਹੋਟਲ 'ਚ ਪਹੁੰਚਿਆ, ਉੱਥੇ ਮੈਨੂੰ ਬੜੇ ਅੱਛੇ ਤਰੀਕੇ ਨਾਲ ਰਿਸੀਵ ਕੀਤਾ ਉਹਨਾਂ ਨੇ ਜਿਹੜਾ ਕੌਮੀ ਕੌਂਸਲ ਵਾਲੇ ਸੀ, ਔਰ ਇੱਕ 4-star ਹੋਟਲ ਸੀ, ਬੜਾ ਅੱਛਾ ਉਹਨਾਂ ਨੇ ਰਹਿਣ ਦਾ ਇੰਤਜ਼ਾਮ ਕੀਤਾ ਹੋਇਆ ਸੀ, ਖਾਣੇ ਛਾਣੇ ਦਾ ਕੋਈ ਐਡਾ ਕੋਈ ਖਾਸ ਪ੍ਰੋਬਲਮ ਨਹੀਂ ਮੈਨੂੰ ਉੱਥੇ ਫੇਸ ਕਰਨਾ ਪਿਆ ਕੋਈ ਵੀ ਕਿਸੇ ਕਿਸਮ ਦਾ ਵੀ। ਅੱਛਾ, ਕੋਈ ਯਾਦਗਾਰ ਵਾਕਿਆ ਸਟੂਅਰਟ ਦਾ ਜਿਹੜਾ ਤੁਹਾਨੂੰ ਅਜੇ ਤੇ ਵੀ ਭੁੱਲਿਆ ਨਾ ਹੋਵੇ ਕਿਸੇ ਵੀ ਹਵਾਲੇ ਨਾਲ? ਦੇਖੋ ਜੀ,
क्योंकि जो तुम पहली बार किसी मुल्क जाते हो तो वास्ते हर लम्हा तो वास्ते यादगार होंगे। तो यादगार इस तरह भी सगा क्योंकि मेरे वड्डियां दा तलक जलंधर नाल सी, इंडिया नाल सी, साडा साडी ये धरती जिहड़ी तकसीम तो पहले एक ही सी। तो मैनू शौक सगा, मैं वीजा जो वीजे की एप्लीकेशन कंप्लीट की सी उदों मैं उहदे विच जलंधर का भी अपना वीजा अपलाई किया सी। ते अपना जिथे हैगा वो ताजमहल आगरा वो भी मैं अपलाई किया सी। ते दिल्ली भी अपलाई, तीन शहर वास्ते अपलाई किया सी, लेकिन उन्होंने मैनू सिर्फ जिहड़ा है वो फिर सिर्फ दिल्ली दा दित्ता सी। मतलूबा जगह ते बस मतलूबा जगह ही उन्होंने जिहड़ी सी उन्होंने वो दित्ता सी। दिल तां करदा होणा यार जलंधर सत्त दिन दा वीजा सीगा, सत्तां दिनां दे विच विच जिहड़ा सी उह तुसीं एंटर होके ते एग्जिट होणा सी सत्तां दिनां दे विच विच। कोई शॉपिंग भी कीती, बाजारां च भी गए? हां जी मैं गया जी दिल्ली, अपना जिहड़ा अपना अमृतसर भी फिरिया मैं, अमृतसर बाजार भी फिरिया मैं, गोल्डन टैंपल गया, जलियांवाला बाग गया बाजार मैं उत्थे फिरिया। फिर उस तों बाद दिल्ली जिहड़ा दिल्ली मैं बाजार च जिहड़ा हजार साल पुराना तारीखी चौक है, बाजार है, चांदनी चौक है, उत्थे मैं गया। दिल्ली के होर सारे बहुत सारे बाजार मैं फिरिया, जामिया मिलिया इस्लामिया बहुत बड़ी यूनिवर्सिटी है, एक तारीखी यूनिवर्सिटी है, उत्थे एक दोस्त सन उन्होंने विजिट करवाया जामिया मिलिया इस्लामिया का। ਤੁਸੀਂ ਉਰਦੂ ਦੀ ਆਪਣਾ ਨਿਸ਼ਚਿਤ ਕਰਨ ਗਏ ਸੀ ਉੱਥੇ? ਜੀ ਜੀ। ਲੇਕਿਨ ਬੇਸਿਕਲੀ ਤੁਸੀਂ ਪੰਜਾਬੀ ਆ? ਹਾਂਜੀ। ਤੇ ਕਿਸ ਤਰ੍ਹਾਂ ਨੁਮਾਇੰਦਗੀ ਕੀਤੀ ਸੀ ਉੱਥੇ? ਦੇਖੋ ਉਰਦੂ ਜ਼ਬਾਨ ਸਾਡੀ ਤੇ ਕੌਮੀ ਜ਼ਬਾਨ ਹੈ ਪਾਕਿਸਤਾਨ ਦੀ, ਤੇ ਅਸੀਂ ਵੀ ਤੁਸੀਂ ਵੀ ਉਰਦੂ ਬੜੀ ਰਵਾਨੀ ਨਾਲ ਬੋਲ ਸਕਦੇ ਹਾਂ, ਤੇ ਅਸੀਂ ਪੜ੍ਹਦੇ ਵੀ ਜਿੰਨੀ ਸਾਡੀ ਤਾਲੀਮ ਆ, ਅਸੀਂ ਪੰਜਾਬੀ ਤੇ ਲਿਖਦੇ ਹੀ ਨਹੀਂ ਆਇਆ ਆਪਣੀ ਤਾਲੀਮ ਦੇ ਵਿੱਚ, ਉਰਦੂ ਹੀ ਸਾਰੀ ਲਿਖਦੇ ਹਾਂ ਅਸੀਂ, ਤੇ ਐਡੀ ਕੋਈ ਖਾਸ ਮੁਸ਼ਕਲ ਤੇ ਉਹਦੇ ਵਿੱਚ ਨਹੀਂ ਆਉਂਦੀ ਸਾਨੂੰ। ਤੇ ਕਿਉਂਕਿ ਬਤੌਰ ਜਰਨਲਿਸਟ ਜਿਹੜਾ ਮੈਂ ਉੱਥੇ ਸ਼ਿਰਕਤ ਕੀਤੀ ਸੀਗੀ ਉਸ ਆਲਮੀ ਕਾਨਫਰੰਸ ਦੇ ਵਿੱਚ, ਉਹਦੇ ਵਿੱਚ ਮੈਨੂੰ ਇੱਕ ਰਿਸਰਚ ਥੀਸਿਸ ਵੀ ਮਿਲਿਆ ਸੀ। ਕਿਹੜੇ ਮੁਲਕ 'ਚ ਲੋਕ ਉੱਥੇ ਆਏ ਸੀ? ਉੱਥੇ ਆਪਣਾ ਬੰਗਲਾਦੇਸ਼ ਤੋਂ ਸਨ, ਅੱਛਾ ਮੋਰੀਸ਼ਸ ਤੋਂ ਸੀ, ਅੱਛਾ ਆਪਣਾ ਇੱਧਰੋਂ ਕੁਛ ਜਿਹੜੀਆਂ ਰੂਸੀ ਆਪਣਾ ਹੈਗੀਆਂ ਨੇ ਇਹਨਾਂ ਦੀਆਂ ਰਿਆਸਤਾਂ, ਉੱਥੋਂ ਲੋਕ ਕੁਛ ਆਏ ਸਨ ਜਿਹੜੇ ਉਰਦੂ ਜ਼ਬਾਨ ਤੋਂ ਵਾਕਫ ਲੋਕ ਸਨ। ਅੱਛਾ। ਤੇ ਆਪਣਾ ਤੁਰਕੀ ਤੋਂ ਸਨ, ਅਮੈਰੀਕਾ ਤੋਂ ਸਨ, ਕੈਨੇਡਾ ਤੋਂ ਸਨ, ਉੱਧਰੋਂ ਕਤਰ ਤੋਂ ਸਨ। ਕਿਸਾਨਾ ਸਾਹਿਬ ਜਿਹੜਾ ਉੱਥੇ ਜਿਹੜਾ ਬੜਾ ਤਾਰੀਖੀ ਬਾਜ਼ਾਰ ਹੈ ਚਾਂਦਨੀ ਚੌਕ, ਉਹ ਵੀ ਮੈਂ ਫਿਰਿਆ, ਉੱਥੋਂ ਖਰੀਦਦਾਰੀ ਵੀ ਕੀਤੀ ਸੀਗੀ, ਅਤੇ ਬੜਾ ਇੱਕ ਯਾਦਗਾਰ ਲਮਹਾਤ ਨੇ ਉਹ ਵੀ, ਖਾਸ ਤੌਰ 'ਤੇ ਚਾਂਦਨੀ ਚੌਕ 'ਚ ਫਿਰਨ ਵਾਲਾ ਜਿਹੜੇ ਲਮਹਾਤ ਸਨ ਉਹ ਆਪਣੀ ਇੱਕ ਯਾਦ ਤਾਜ਼ਾ ਹੋਈ ਕਿ ਉਹ ਪੜ੍ਹਿਆ ਲਿਖਿਆ ਸੀ ਉਹਨਾਂ ਦੇ ਹਵਾਲੇ ਨਾਲ, ਚਾਂਦਨੀ ਚੌਕ ਦੇ ਹਵਾਲੇ ਨਾਲ, ਇੱਕ ਤਾਰੀਖੀ ਸ਼ਹਿਰ ਆ ਉੱਥੇ, ਬੜੇ ਤਾਰੀਖੀ ਵਾਕਿਆਤ ਹੋਏ ਇੱਦਾਂ ਦੀਆਂ। ਦਿੱਲੀ ਬਹੁਤ ਬੜਾ ਸ਼ਹਿਰ ਆ, ਬਹੁਤ ਬੜਾ ਸ਼ਹਿਰ ਆ, ਬਹੁਤ ਬੜਾ ਸ਼ਹਿਰ ਆ, ਛੋਟਾ ਜਿਹਾ ਸ਼ਹਿਰ ਨਹੀਂ, ਬਹੁਤ ਬੜਾ ਸ਼ਹਿਰ ਆ, ਔਰ ਕੈਪੀਟਲ ਹੈ ਇੰਡੀਆ ਦਾ। ਜੀ ਜੀ, ਇੰਡੀਆ ਦਾ ਕੈਪੀਟਲ ਹੈ, ਤੇ ਸੰਘਣੀ ਆਬਾਦੀ ਆ ਉੱਥੇ, ਸੰਘਣੀ ਆਬਾਦੀ ਆ, ਗੁੰਜਾਨ ਆਬਾਦ ਇਲਾਕੇ ਨੇ ਉੱਥੇ, ਜੇ ਆਪਣਾ ਜਿਹੜਾ ਉਹਨਾਂ ਦਾ ਜਿੱਥੇ ਬਹੁਤ ਸਾਰੇ ਮੁਸਲਮਾਨ ਰਹਿੰਦੇ ਨੇ ਜਿਸ ਇਲਾਕੇ ਦੇ ਵਿੱਚ, ਉੱਥੇ ਇੱਕ ਦੋਸਤ ਹਨ, ਉੱਥੇ ਮੈਂ ਉਹਨਾਂ ਨੂੰ ਮਿਲਣ ਗਿਆ, ਜਾਮੀਆ ਮਿਲੀਆ ਇਸਲਾਮੀਆ ਦੇ ਨਾਲ ਹੀ ਜਿਹੜੀ ਯੂਨੀਵਰਸਿਟੀ ਆ ਉਹਦੇ ਨਾਲ, ਓਖਲਾ ਇਲਾਕਾ ਓਖਲਾ ਦਿੱਲੀ 'ਚ, ਜਿੱਥੇ ਇੱਕ ਮੁਸਲਮਾਨਾਂ ਦੀ ਬਹੁਤ ਬੜੀ ਕਮਿਊਨਿਟੀ ਉੱਥੇ ਰਹਿੰਦੀ ਹੈ, ਹਾਲੇ ਵੀ ਰਹਿੰਦੀ, ਹਾਲੇ ਵੀ ਰਹਿੰਦੀ ਹੈ, ਮਤਲਬ ਹੁਣ ਰਹਿੰਦੀ ਉੱਥੇ ਆ, ਉਹ ਸਰਵਿਸ ਕਿਤੇ ਵੀ ਕਰਦਾ ਹੋਵੇ ਦਿੱਲੀ ਦੇ ਵਿੱਚ, ਲੇਕਿਨ ਉਹਦੀ ਰਹਿਸ਼ ਓਖਲਾ ਦੇ ਇਲਾਕੇ 'ਚ ਹੀ। ਅੱਛਾ। ਓਖਲਾ ਦੇ ਇਲਾਕੇ 'ਚ ਹੀ ਸਾਰੇ ਮੁਸਲਮਾਨ ਰਹਿੰਦੇ ਨੇ, ਅਤੇ ਇਸ ਤਰ੍ਹਾਂ ਬਹੁਤ ਸਾਰੀਆਂ ਹੋਰ ਜਗ੍ਹਾ ਸਨ, ਮਤਲਬ ਬਾਜ਼ਾਰਾਂ 'ਚ ਉੱਥੇ ਦੇ ਜਿਹੜੇ ਮੁਸਲਮਾਨ ਤੁਹਾਨੂੰ ਟੱਕਰੇ ਉਹਨਾਂ ਨੇ ਕੋਈ ਆਪਣੀ ਦੱਸੀ ਤਾਂ ਨਹੀਂ ਵੀ ਸਾਨੂੰ ਕੋਈ ਤੰਗੀ ਆ ਜਾਂ ਅਸੀਂ ਬੜੇ ਖੁਸ਼ਹਾਲੀ 'ਚ ਰਹਿ ਰਹੇ ਹਾਂ? ਜ਼ਾਹਰਾ ਜੀ, ਉਹਨਾਂ ਨੂੰ ਉੱਥੇ ਬਤੌਰ ਮੁਸਲਮਾਨ ਅਕਲੀਅਤ ਹੋਣ ਦੀ ਵਜ੍ਹਾ ਤੋਂ ਜਿਹੜੇ ਉਹਨਾਂ ਨੂੰ ਮਸਾਇਲ ਨੇ ਉਹ ਤੁਸੀਂ ਅਸੀਂ ਮੀਡੀਆ 'ਤੇ ਹੁਣ ਵੀ ਦੇਖਦੇ ਰਹਿੰਦੇ ਹਾਂ, ਉਹ ਤਾਂ ਸਾਡੇ ਵੀ ਜਿਹੜੇ ਇੱਥੇ ਅਕਲੀਅਤ ਰਹਿੰਦੇ ਉਹਨਾਂ ਨੂੰ ਵੀ ਹੈਗੇ ਆ। ਨਹੀਂ ਜੀ, ਮੇਰਾ ਜਿੱਥੇ ਤੱਕ ਖਿਆਲ ਹੈ ਕਿਸਾਨਾ ਸਾਹਿਬ, ਸਾਡੇ ਪਾਕਿਸਤਾਨ 'ਚ ਅਕਲੀਤਾਂ ਬੜੀਆਂ ਮਹਿਫੂਜ਼ ਨੇ, ਬਹੁਤ ਜ਼ਿਆਦਾ ਮਹਿਫੂਜ਼ ਨੇ। ਮੈਂ ਨਹੀਂ ਸਮਝਦਾ ਕਿ ਇੰਨੀਆਂ ਅਕਲੀਤਾਂ, ਮੇਰਾ ਅਕਲੀਅਤ ਇੰਡੀਆ ਵਿੱਚ ਵੀ ਮਹਿਫੂਜ਼ ਗੱਲ ਕਰਨ ਦਾ ਮਕਸਦ ਹਿੰਦੂ ਮੁਸਲਿਮ ਸਿੱਖ ਇਸਾਈ ਨਹੀਂ ਸੀ। ਹਾਂਜੀ, ਮੈਂ ਅਕਲੀਅਤ ਤੋਂ ਮੁਰਾਦ ਆ ਕਿ ਅਗਰ ਇੱਕ ਪਿੰਡ ਦੇ ਵਿੱਚ ਇੱਕ ਬਰਾਦਰੀ ਦੀ ਅਕਸਰੀਅਤ ਆ, ਦੂਸਰੀ ਬਰਾਦਰੀ ਜਿਹੜੀ ਕੋਈ ਦੋ ਚਾਰ ਘਰ ਬੈਠੇ ਆ ਉਹਨੂੰ ਵੀ ਆਪਾਂ ਅਕਲੀਅਤ ਹੀ ਕਹਿੰਦੇ ਆ। ਹਾਂਜੀ, ਅਕਲੀਅਤ ਵਿੱਚ ਹੈ ਨਾ ਘੱਟ ਆ ਉਹ। ਹਾਂਜੀ, ਤੇ ਜ਼ਾਹਰ ਆ ਜਿਨ੍ਹਾਂ ਦੇ ਜ਼ਿਆਦਾ ਆ ਉਹ ਉਹਨਾਂ ਦਾ ਰੋਹਬ ਦਬਦਬਾ ਹੋਰ ਆ, ਜਿਹੜੇ ਚਾਰ ਘਰ ਆ ਉਹ ਵਿਚਾਰੇ ਲਿਫ ਕੇ ਰਹਿਣਗੇ। ਹਾਂਜੀ, ਉਹਨਾਂ ਦੀਆਂ ਗੱਲਾਂ ਬਾਤਾਂ ਉਹ ਨਹੀਂ ਹੁੰਦੀਆਂ ਜਿਹੜੀਆਂ ਅਕਸਰੀਅਤ ਵਾਲੇ ਦੀਆਂ ਹੁੰਦੀਆਂ। ਬਿਲਕੁਲ, ਬਾਕੀ ਮਜ਼ਹਬ ਦੀ ਜਿਹੜੀ ਅਕਲੀਅਤ ਹੋਣਾ ਉਹ ਇੱਕ ਵੱਖਰੀ ਚੀਜ਼ ਆ। ਮੈਂ ਜਿਸ ਪ੍ਰੋਗਰਾਮ 'ਚ ਕਿਸਾਨਾ ਸਾਹਿਬ ਗਿਆ ਸੀ ਉਸ ਪ੍ਰੋਗਰਾਮ ਦੇ ਵਿੱਚ ਜਦੋਂ ਉੱਥੇ ਇੱਕ ਕਿਸੇ ਦੋਸਤ ਨੇ ਮੇਰਾ ਇੱਕ ਦੋਸਤ ਨਾਲ ਤਾਰਫ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਪਾਕਿਸਤਾਨ ਤੋਂ ਮਹਿਮਾਨ ਨੇ, ਅਤੇ ਉਹ ਜਿਹੜਾ ਬੰਦਾ ਸੀ ਉਹ ਇੱਕ ਹੈ ਅਤੇ ਉਹ ਮੁਸਲਮਾਨ ਸੀਗਾ, ਲੇਕਿਨ ਉਹ ਕਿਸੇ ਜ਼ਰੂਰ ਉਹਦਾ ਤਾਲਕ ਕਿਸੇ ਐਸੀ ਤਨਜ਼ੀਮ ਨਾਲ ਹੋਏਗਾ ਜਿਹੜੀ ਕੋਈ ਇੰਤਹਾ ਪਸੰਦ ਹੋ ਸਕਦੀ ਆ ਜਾਂ ਜਿਹਦਾ ਤਾਲਕ ਐਸਾ ਪ੍ਰੋ
इंडिया की जी इस टाइम मजाज चलता पाया इंडिया जो मेरा तारफ करवाया तो उन्हें मेरे नाल कोई अच्छा बिहेव नहीं किया मेरे नाल बतौर पाकिस्तानी मतलब किस तरह मतलब वो ना उन्हें मेरे नाल सलाम सलाम लिया ते ना उन्हें मतलब जो मैंने कोई अच्छा रिस्पोंस दिता कि भी होंगे ना जिदा साढ़े को मेहमान आता या तुम कित हो जगह पर जाते हो बड़ा अच्छा यार तू इंडिया चो आया तो असं बड़ा प्यार ना मिलते हैं यार इंडिया चो आया तो अपना एक एक एक्सट्रा ऑर्डनरी असं उद्दे मुहब्बत करते हैं बिल्कुल तो वो जबकि मेरा जो तारफ कराया तो उन्हें मैंने कोई रिस्पांस नहीं एक वजह है अमजद भाई ये लोग जो उ रेंगे ना जी मुसलमान खासकर ये पाकिस्तानी साढ़े ना गल् बात भी होंगे ना वो इस तरह करते हैं भी उन्होंने अपनी ज्यादा यह चीज दिखाना चाहते कि सानू इन्हों का कोई गर्ज नहीं सानू इन्हों का कोई मुहब्बत नहीं सानू अपने देश ना मुहब्बत होनी भी चाहिए आ लेकिन वो इस करके करते कि अगर असं इन्हों ज्यादा मुहब्बत ना मिलीए तो हो सकता साडे लोग सानू होर नजराना ना देखन वो असल दे विच अपना दिफा करते हैं बिल्कुल इसी तरह ये गल थोड़ी दुरुस्त हो सकती है ते लेकिन जिन्हों के मैं अच्छा महसूस नहीं किया देखो मैं एक बतौर बतौर मेहमान बतौर अपना एक उन्होंने को एक डेलीगेट सी मैं पाकिस्तान तो गया हुआ सी और सानू उन्होंने सौ इख्तलाफ हो सकते हैं उन्होंने साढ़े नाल इख्तलाफ हो सकते हैं लेकिन मेहमान नवाजी के सानू जिहड़ा ना कम अज कम इदा का रवैया नहीं इख्तियार करना चाहिए अच्छा तुहाडा इह वी एक किस्म दा इक गिला आ कि उस बंदे ने तुहानू अच्छा डील नहीं दिता ते बाकी ओवरऑल मिलना सारे ना बड़ा अच्छा सलूक सी उत्थे बहुत सारे अच्छा इस तो हट के जेड़े हिंदू या सिख मिले आपां नूं उन्हां दे रवैये कैसे सी सर हिंदू हुण मैं तुहानूं एक बड़ा प्यारा वाकया तुहाडे नाल मैं शेयर करदा मैं जदों इत्थों इंडिया जाना सी मैं जदों उत्थों उतरिया वा वाघे बार्डर ते उतरिया मैं अपने जदों करवाई है ना वो अपना इमीग्रेशन करवाई है इमीग्रेशन करवा के ते मैं जदों दूसरी साइड ते गया वा ते उत्थे एक पाकिस्तान चो हिंदू गया अच्छा हैगा वो इंडिया सी लेकिन उहदे रिश्तेदार सी इत्थे अपना सिंधों शिकारपुर दे इलाके चो मिल के वापस जा रहा सी उहदे बच्चे हले भी उदों इत्थे ही सीगे अच्छा उन्होंने बाद विच आउणा सी ओ क्योंकि जॉब करदा सी प्राइवेट किसी जगह ते उन्हें वापस जाना सी छुट्टी उहदी खत्म हो गई सी वो मेरे नाल गया असीं दोनों ने इकट्ठिया सफर कीता वो हिंदू मैं मुसलमान वो इंडियन मैं पाकिस्तानी और मैं जदों असीं इकट्ठे गए आ असीं एक टैक्सी विच गए असीं दोनों ने इकट्ठे टैक्सी करवाई टैक्सी च गए आ अगे जदों असीं गए अपना उत्थे रेलवे स्टेशन ते पहुंचे आ ते मैनूं पता नहीं सी हैगा कि भी अपना दा की तरीकेकार आ टिकट लैण दा उन्हें मैनूं पूरा गाइड किया बड़ी मुहब्बत की उस बंदे ने उन्हें मेरे कागज लैके मैनूं खुद टिकट मैनूं लाइन च भी नहीं लगना पिया क्या बात मैनूं लाइन च भी नहीं लगना पिया चंगी चीज उन्हें मैनूं खुद टिकट लैके दिता और उन्हें दस्या टिकट वाले उन्होंने कहा यार साडा मेहमान आ पाकिस्तान तो आया और क्योंकि उन्होंने एक वो काउंटर अलग किए हुए हैं जिन्होंने जो बाहरों आते हैं जिन्होंने पासपोर्ट से टिकट इशू होंगे बाकी शनाख्ती कार्ड से होंगे जो बाहरों आते हैं उन्होंने पासपोर्ट से टिकट इशू कर दें तो मैं उन्होंने पासपोर्ट की कापी दी उन्हें मेरा आप लाइन च ला के मेरा टिकट इशू करवाया और दिल्ली तक वो मेरे नाल रहा असी गड्डे गड्डी दोनों ने इकट्ठा सफर किया उन्हें दिल्लियों बाई एयर अगली जगह पे जाना सी मैं दिल्लियों जिहड़ा सी उहदे नाल असी फिर उत्थों यानी तुहाडा अच्छा सफर अच्छा सफर गुजरिया और असी इकट्ठे ने सफर किया और बड़ा बेहतरीन एक्सपीरियंस रहा तो वह हले भी मेरे नाल किते किते उहदे नाल हैलो हाय हो जाती है तो यह जिहड़ा नफरत का पहलू है ना दोनों मुल्कों के विच ये कोई साडी आम जनता च नहीं हैगा आम लोगों च नहीं है ये सिर्फ मखसूस लोग ने मखसूस लोग आ उन्हों हवा दे मखसूस लोग ने इंडिया च भी मखसूस लोग ने पाकिस्तान च भी मखसूस लोग ने और वो मैं उन्होंने ना इंडिया दे समझदा ना पाकिस्तान दे समझदा वो दोनों ही अपने मुल्क दे नहीं है वो अपने आप दे नहीं है वो अमन दे दुश्मन ने अमन दे दोनों मुल्कों दे दुश्मन ने और दोनों लोगों दे जिहड़े बासी ने उन्हां दे दुश्मन ने वो प्यार दे दुश्मन ने मुहब्बत दे दुश्मन ने वो अमन दे दुश्मन ने ਇਨ੍ਹਾਂ ਲੋਕਾਂ ਦਾ ਨਾ ਪਾਕਿਸਤਾਨ ਦਾ ਆਪਣੇ ਉਹਨਾਂ ਲੋਕਾਂ ਦੇ ਨਾਲ ਕਿਸੇ ਦਾ ਤਾਲਕ ਨਹੀਂ ਮਜ਼ਹਬ ਨਾਲ ਨਹੀਂ ਤਾਲਕ ਹੈ ਹੋਣਾ ਚਾਹੀਦਾ ਹਾਂ ਮੈਂ ਸਮਝਦਾ ਕਿ ਸਾਨੂੰ ਦੋਨਾਂ ਮੁਲਕਾਂ ਨੂੰ ਜਿਹੜਾ ਨਾ ਉਹ ਆਪਣੇ ਵਿੱਚ ਜਿਹੜੀ ਉਹ ਇੱਕ ਤਣਾਅ ਆ ਨਾ ਸਾਨੂੰ ਖਤਮ ਕਰਨਾ ਇਹ ਖਤਮ ਕਰਨਾ ਚਾਹੀਦਾ ਸਾਡੀ ਧਰਤੀ ਇੱਕ ਸੀਗੀ ਸਾਡਾ ਨਜ਼ਰੀਆ ਜ਼ਰੂਰ ਹੈ ਕਿਉਂਕਿ ਸਾਡੇ ਪਾਕਿਸਤਾਨ ਦੀ ਬੁਨਿਆਦ ਨਜ਼ਰੀਆਤੀ ਹੈ ਦੋ ਕੌਮੀ ਨਜ਼ਰੀਆ ਹੈ ਲੇਕਿਨ ਅਸੀਂ ਪਿਆਰ ਉਹਨਾਂ ਨਾਲ ਵੀ ਕਰਦੇ ਹਾਂ ਉਹ ਸਾਡੇ ਨਾਲ ਵੀ ਕਰਦੇ ਮਲਕ ਸਾਹਿਬ ਜਿਹੜਾ ਦੋ ਕੌਮੀ ਨਜ਼ਰੀਆ ਨਾ ਜੀ ਉਹ ਹੁਣ ਸਾਡੇ ਬਜ਼ੁਰਗ ਉੱਥੇ ਰਹੇ ਨੇ ਸਾਡੇ ਬਜ਼ੁਰਗ ਉੱਥੇ ਦਫਨ ਨੇ ਹਾਂ ਬਿਲਕੁਲ ਕੋਈ ਸ਼ੱਕ ਉਸ ਮਿੱਟੀ ਦੇ ਵਿੱਚ ਨੇ ਇਹ ਵੀ ਮਿੱਟੀ ਜਿਹੜੀ ਹੈ ਉਹ ਮਿੱਟੀ ਕੋ ਅਲੱਗ ਨਹੀਂ ਹੈ ਪਾਕਿਸਤਾਨ ਬਿਲਾ ਸ਼ੁਬਾ ਦੋ ਕੌਮੀ ਨਜ਼ਰੀਏ ਦੀ ਬੁਨਿਆਦ ਤੇ ਬਣਿਆ ਲੇਕਿਨ ਹੁਣ ਜਿਹੜਾ ਦੋ ਕੌਮੀ ਨਜ਼ਰੀਆ ਫਿਲਹਾਲ ਸਾਨੂੰ ਦੇਖਣ ਨੂੰ ਮਿਲ ਰਿਹਾ ਨਾ ਉਹ ਅਮੀਰ ਔਰ ਗਰੀਬ ਦਾ ਫਰਕ ਹੈ ਫਰਕ ਕਾਨੂੰਨ ਦੀ ਨਜ਼ਰ ਚ ਕਾਨੂੰਨ ਦੀ ਨਜ਼ਰ ਹੁਣ ਦੇਖੋ ਨਾ ਕਾਨੂੰਨ ਦੇ ਵਿੱਚ ਦੇਖੋ ਬੜਾ ਜਿਹੜਾ ਚੋਰ ਆ ਜਾਂ ਬੜੇ ਲੋਕ ਆ ਜਿਹੜੇ ਬੜੇ ਬੜੇ ਕ੍ਰਾਈਮ ਕਰਦੇ ਆ
ਉਹਨਾਂ ਨੂੰ ਪ੍ਰੋਟੋਕੋਲ ਮਿਲਦਾ, ਉਹਨਾਂ ਨੂੰ ਤਹਿਫ਼ੁਜ਼ ਮਿਲਦਾ। ਜਦੋਂ ਕਿ ਸਾਡੇ ਜਿਹੜੇ ਲੋਕ ਆ, ਜਿਹੜੇ ਮਾੜਾ ਲੋਕ ਬੰਦਾ ਕੋਈ ਚੋਰੀ ਕਰ ਲੈਂਦਾ ਆ, ਉਹਦੀ ਸਜ਼ਾ ਜਿਹੜੀ ਉਹਨੂੰ ਕੜੀ ਮਿਲਦੀ, ਕੜੀ ਮਿਲਦੀ। ਇਹ ਆ ਦੋ ਕੌਮੀ ਨਜ਼ਰੀਆ ਜਿਹੜਾ ਮੌਜੂਦਾ ਸਾਡੇ ਪਾਕਿਸਤਾਨ ਦੇ ਵਿੱਚ ਚੱਲ ਰਿਹਾ। ਅੱਛਾ, ਇੱਕ ਹੋਰ ਮੈਂ ਤੁਹਾਡਾ ਵਾਕਿਆ ਸ਼ੇਅਰ ਕਰਾਂਗਾ। ਮੈਂ ਜਦੋਂ ਉੱਥੋਂ ਵਾਪਸ ਆਉਣਾ ਸੀ, ਕਿਉਂਕਿ ਮੇਰਾ ਜਿਹੜਾ ਵੀਜ਼ਾ ਸੀ ਉਹ ਪੁਲਿਸ ਰਿਪੋਰਟਿੰਗ ਵੀਜ਼ਾ ਸੀਗਾ। ਮੈਂ ਉੱਥੇ ਜਾ ਕੇ, ਦਿੱਲੀ ਜਾ ਕੇ ਪੁਲਿਸ ਰਿਪੋਰਟਿੰਗ ਸੈਂਟਰ 'ਚ ਜਾ ਕੇ ਆਪਣਾ ਮੈਂ ਅੰਦਰਾਜ ਕਰਾਉਣਾ ਸੀ। ਮੈਂ ਉੱਥੇ ਸਵੇਰ ਨੂੰ ਗਿਆ, ਮੈਨੂੰ ਉਹਨਾਂ ਨੇ ਗੱਡੀ ਦਿੱਤੀ, ਜਿਹੜੇ ਮੇਰੇ ਆਪਣਾ ਮੇਜ਼ਬਾਨ ਸਨ, ਜਿਹੜੇ ਹੋਰ ਪਾਕਿਸਤਾਨੀ ਸੀ ਜਿਨ੍ਹਾਂ ਨੇ ਜਾ ਕੇ ਉੱਥੇ ਰਿਪੋਰਟ ਕਰਨੀ ਸੀ। ਦੋ ਤਿੰਨ ਜਾਣੇ ਸੀ, ਅਸੀਂ ਜਗਾਏ ਹਾਂ ਗੱਡੀ 'ਚ ਬਹਿ ਕੇ, ਉੱਥੇ ਰਿਪੋਰਟ ਕਰਕੇ ਆ ਗਏ, ਉਹਨਾਂ ਨੇ ਸਾਨੂੰ ਜਿਹੜਾ ਡਾਕੂਮੈਂਟ ਬਣਾ ਕੇ ਦੇ ਦਿੱਤੇ। ਫਿਰ ਜਿੱਦਣ ਵਾਪਸ ਹੋਣਾ ਸੀ, ਤੁਸੀਂ 24 ਘੰਟੇ ਪਹਿਲੇ ਜਿਹੜਾ ਉਹਨਾਂ ਨੂੰ ਜਾ ਕੇ ਦੱਸਣਾ ਹੁੰਦਾ ਕਿ ਹੁਣ ਅਸੀਂ ਇੱਥੋਂ ਵਾਪਸ ਜਾਣਾ। ਮੈਂ ਜਦੋਂ ਗਿਆ ਨਾ ਵਾਪਸੀ ਵਾਸਤੇ ਉੱਥੋਂ ਡਾਕੂਮੈਂਟ ਲੈਣ, ਉਹਨਾਂ ਨੇ ਕਿਹਾ ਜੀ ਤੁਹਾਡਾ ਟਾਈਮ ਹਲੇ ਪਿਆ ਵਾ, ਤੁਸੀਂ ਕੱਲੂ ਆਇਓ, ਕੱਲ੍ਹ ਆਇਓ ਦਿੱਲੀ ਪੁਲਿਸ ਰਿਪੋਰਟਿੰਗ ਸੈਂਟਰ ਦੇ ਵਿੱਚ ਜੀ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਜੀ ਮੈਂ ਇੱਥੇ ਪਾਕਿਸਤਾਨ 'ਚੋਂ ਆਇਆ ਵਾਂ ਅਤੇ ਮੈਂ ਹਲੇ ਵਿਜ਼ਿਟ ਨਹੀਂ ਕਰ ਸਕਿਆ, ਮੈਂ ਇੱਥੇ ਕਾਨਫਰੰਸ ਵਿੱਚ ਆਇਆ, ਮੈਂ ਹਲੇ ਸ਼ਹਿਰ ਫਿਰ ਨਹੀਂ ਸਕਿਆ, ਮੈਂ ਸੈਰ ਕਰਨਾ ਚਾਹੁੰਦਾ, ਅਤੇ ਜੇ ਮੈਂ ਕੱਲ੍ਹ ਆਵਾਂਗਾ ਤਾਂ ਮੇਰਾ ਟਾਈਮ ਬਹੁਤ ਜ਼ਾਇਆ ਹੋ ਜਾਣਾ। ਤੁਸੀਂ ਮਿਹਰਬਾਨੀ ਕਰੋ, ਮੈਨੂੰ ਡਾਕੂਮੈਂਟ ਬਣਾ ਦਿਓ ਤਾਂ ਕਿ ਮੈਂ ਉਹ ਡਾਕੂਮੈਂਟ ਦਾ ਮੇਰਾ ਫਿਕਰ ਜਿਹੜਾ ਜ਼ਿਹਨ 'ਚੋਂ ਨਿਕਲ ਜਾਏ, ਮੈਂ ਫਿਰ ਆਜ਼ਾਦੀ ਨਾਲ ਜਿਹੜਾ ਉਹ ਫਿਰ ਕੇ ਅਤੇ ਮੈਂ ਵਾਪਸ ਜਾ ਸਕਾਂ। ਟਿਕਟ ਮੈਂ ਕਰਵਾ ਲਈ ਹੋਈ ਹੈ ਜਿਸ ਟਾਈਮ 'ਤੇ ਮੈਂ ਨਿਕਲਣਾ, ਅਗਰ ਮੈਂ ਕੱਲ੍ਹ ਇਸ ਚੱਕਰ 'ਚ ਪੈ ਗਿਆ ਤਾਂ ਫਿਰ ਮੇਰਾ ਵਿਜ਼ਿਟ ਰਹਿ ਜਾਣਾ, ਫਿਰ ਮੈਂ ਸਿਰਫ ਵਾਪਸੀ ਦੇ ਚੱਕਰ 'ਚ ਰਹਿ ਜਾਵਾਂਗਾ। ਅਤੇ ਉਹਨਾਂ ਨੇ ਕਿਹਾ ਜੀ, ਜਿਹੜਾ ਕਾਊਂਟਰ 'ਤੇ ਬੰਦਾ ਬੈਠਾ ਸੀ ਉਹਨਾਂ ਦਾ ਪੁਲਿਸ ਸੈਂਟਰ ਦੇ ਵਿੱਚ, ਉਹਨਾਂ ਕਿਹਾ ਜੀ ਸਾਡੇ ਕੋਲ ਤਾਂ ਅਥਾਰਟੀ ਨਹੀਂ, ਤੁਸੀਂ ਇੱਦਾਂ ਕਰੋ ਸਾਡੇ ਕਮਿਸ਼ਨਰ ਸਾਹਿਬ ਬੈਠੇ ਨੇ ਉੱਥੇ, ਉਹਨਾਂ ਦੇ ਕਿਉਂਕਿ ਪੁਲਿਸ ਅਸਿਸਟੈਂਟ ਕਮਿਸ਼ਨਰ ਕਮਿਸ਼ਨਰ ਉਹਨਾਂ ਦੇ ਡੈਜ਼ੀਨੇਸ਼ਨ ਚੱਲਦੇ ਨੇ, ਸਾਡੇ ਇੱਥੇ DSP SP SSP ਚੱਲਦਾ, ਉਹਨਾਂ ਦੇ ਕਮਿਸ਼ਨਰ ਚੱਲਦਾ, ਉਹ ਉਹਨਾਂ ਦੇ ਉੱਥੇ ਕਮਿਸ਼ਨਰ ਬੈਠਾ ਸੀ ਹੈੱਡ, ਉਹਨਾਂ ਦੀ ਸਾਡੇ ਕਮਿਸ਼ਨਰ ਸਾਹਿਬ ਬੈਠੇ ਨੇ, ESP ਦੇ ਲੈਵਲ ਦਾ ਬੰਦਾ ਬੈਠਾ, ਉਹ SP ਲੈਵਲ ਦਾ, SP ਲੈਵਲ ਦਾ। ਅਤੇ ਉਹਨੇ ਕਿਹਾ ਜੀ ਉਹ ਸਾਡੇ ਕਮਿਸ਼ਨਰ ਸਾਹਿਬ ਬੈਠੇ ਨੇ, ਤੁਸੀਂ ਉਹਨਾਂ ਨੂੰ ਮਿਲ ਲਓ, ਉਹਨਾਂ ਦੱਸੋ ਕਿ ਵੀ ਇਹ ਮਾਮਲਾ ਹੈ। ਮੈਂ ਉਹਨਾਂ ਕੋਲ ਗਿਆ ਜੀ, ਉਹਨਾਂ ਨੇ ਮੇਰੇ ਬੜੇ ਅੱਛੇ ਤਰੀਕੇ ਨਾਲ ਮੈਨੂੰ ਮਿਲੇ ਨੇ, ਔਰ ਮੈਂ ਇਹਨਾਂ ਨੂੰ ਆਪਣਾ ਦੱਸਿਆ ਮਸਲਾ ਕਿ ਜੀ ਮੈਂ ਆਪਣਾ ਇੱਥੋਂ, ਮੈਨੂੰ ਆਪਣੇ ਹੋਟਲ ਤੋਂ ਇੱਥੇ ਲੱਗ ਮੈਨੂੰ 2 ਘੰਟੇ ਲੱਗ੣ ਅਤੇ 2 ਘੰਟੇ ਮੈਨੂੰ ਜਾਣ ਲੱਗਣੇ, 4 ਘੰਟੇ ਮੇਰੇ ਜ਼ਾਇਆ ਹੋ ਜਾਣੇ, ਅਗਰ ਮੈਂ ਕੱਲ੍ਹ ਆਵਾਂਗਾ ਤਾਂ ਫਿਰ ਮੈਨੂੰ 4 ਘੰਟੇ ਮੇਰੇ ਜ਼ਾਇਆ ਹੋ ਜਾਣੇ ਅਤੇ ਮੈਂ ਫਿਰ ਨਹੀਂ ਸਕਣਾ, ਅਤੇ ਜੇ ਮੈਂ ਇਸੇ ਚੱਕਰ 'ਚ ਰਿਹਾ ਅਤੇ ਮੈਂ ਇੱਥੋਂ ਵਾਪਸੀ 'ਤੇ ਜਾਵਾਂ ਤਾਂ ਫਿਰ ਨਹੀਂ ਸਕਾਂਗਾ, ਫਿਰ ਮੇਰਾ ਵਾਪਸ ਜਾਣ ਦਾ ਟਾਈਮ ਹੋ ਜਾਣਾ, ਆਹ ਮੇਰੀ ਟ੍ਰੇਨ ਦਾ ਟਾਈਮ ਆ। ਅਤੇ ਉਹਨਾਂ ਨੇ ਮਿਹਰਬਾਨੀ ਕੀਤੀ, ਉਹਨੂੰ ਆਪਣਾ ਕਾਊਂਟਰ 'ਤੇ ਉਹਨਾਂ ਨੇ ਕਾਲ ਮਿਲਾਈ, ਕਾਲ ਮਿਲਾ ਕੇ ਉਹਨੂੰ ਕਿਹਾ ਯਾਰ ਇਨਕੋ ਆਪ ਜੋ ਹੈ ਜੀ ਹਮਾਰੇ ਮਹਿਮਾਨ ਹੈ, ਇਨਕੋ ਆਪ ਡਾਕੂਮੈਂਟ ਬਣਾ ਦੇ। ਚਾਹ ਉਹਨਾਂ ਨੇ ਮੈਨੂੰ ਜਨਾਬ ਡਾਕੂਮੈਂਟ ਬਣਾ ਦਿੱਤਾ ਅਤੇ ਮੈਂ ਅੱਲਾ ਦਾ ਸ਼ੁਕਰ ਹੈ ਉੱਥੋਂ ਡਾਕੂਮੈਂਟ ਲੈ ਕੇ ਫਿਰ ਮੈਂ ਵਾਪਸ ਹੋਟਲ ਆ ਗਿਆ। ਉਹ ਮੇਰੀ ਫਿਕਰ ਜ਼ਿਹਨ 'ਚੋਂ ਨਿਕਲ ਗਈ ਕਿ ਮੈਨੂੰ ਦੁਬਾਰਾ ਆਉਣਾ ਪਏਗਾ, ਮਤਲਬ ਇਹ ਵੀ ਰਵੱਈਆ ਮੈਨੂੰ ਉੱਥੇ ਫੇਸ ਕਰਨਾ ਪਿਆ, ਔਰ ਇਹ ਮਾੜਾ ਰਵੱਈਆ ਨਹੀਂ, ਅੱਛਾ ਰਵੱਈਆ ਸੀਗਾ। ਅਗਰ ਉਹ ਕਹਿੰਦੇ ਕਿ ਵੀ ਨਹੀਂ ਪਾਕਿਸਤਾਨ 'ਚੋਂ ਆਏ ਨੂੰ ਰਗੜਾ ਦੇਣਾ, ਤੂੰ ਦੇਸ਼ ਕਹਿ ਵੀ ਸਕਦੇ ਵੀ ਨਹੀਂ ਭਾਈ ਤੁਸੀਂ ਇਹਨੂੰ ਆਈ। ਤੁਸੀਂ ਜਿਹੜੀ ਅੱਗੇ ਗੱਲ ਕੀਤੀ ਨਾ ਵੀ ਇਹ ਤਣਾਅ ਜਿਹੜਾ ਨਾ ਆਵਾਮ ਦੇ ਵਿੱਚ ਨਹੀਂ ਹੈਗਾ, ਜਨਤਾ 'ਚ ਨਹੀਂ ਹੈਗਾ, ਗੱਲ ਬਿਲਕੁਲ ਸਹੀ ਆ। ਹਾਂਜੀ, ਆਵਾਮ ਤਾਂ ਇੱਕ ਦੂਜੇ ਦੇ ਬਹੁਤ ਦੋਨਾਂ ਮੁਲਕਾਂ ਦੀਆਂ ਹਕੂਮਤਾਂ ਨੂੰ ਬਹਿ ਕੇ ਕੋਈ ਨਰਮ ਰਵੱਈਆ ਅਖਤਿਆਰ ਕਰਨਾ ਚਾਹੀਦਾ, ਅਮਨ ਨੂੰ ਜਿਹੜਾ ਸੌਖਾ ਕਰਨ, ਜਿਹੜੇ ਸ਼ਰਪਸੰਦ ਨਾਸਰ ਨੇ ਉਹਨਾਂ ਨੂੰ ਅਸੀਂ ਨਾ ਸਪੋਰਟ ਕਰਦੇ ਹਾਂ ਤੇ ਨਾ ਤੁਸੀਂ ਕਰੋ, ਨਾ ਤੁਸੀਂ ਕਰੋ, ਉਹ ਵੀ ਨਹੀਂ ਕਰਦੇ ਕਿਉਂਕਿ ਸ਼ਰਪਸੰਦ ਨਾਸਰ ਕਿਸੇ ਨਾਲ ਸਲਾਹ ਕਰਦੇ ਨਹੀਂ ਹੈਗੇ ਭਾਈ ਅਸੀਂ ਆਹ ਕੰਮ ਕਰਨਾ, ਇਹ ਤਾਂ ਆਪਣੇ ਇੱਕ ਜੋ ਇਹਨਾਂ ਨੂੰ ਪਿੱਛੋਂ ਫਾਰਮੈਟ ਮਿਲਦਾ ਆ ਉਹਦੇ ਮੁਤਾਬਕ ਇਹ ਚੱਲਦੇ। ਉਹ ਜਿਹੜੇ ਸ਼ਰਪਸੰਦ ਨੇ ਉਹ ਦੋਨਾਂ ਮੁਲਕਾਂ ਦੇ ਦੁਸ਼ਮਣ ਨੇ, ਦੁਸ਼ਮਣ ਆ। ਹਾਂਜੀ, ਜਿਹੜਾ ਇੱਧਰ ਆ ਉਹ ਇਹਦਾ ਦੁਸ਼ਮਣ ਹੈ, ਪਾਕਿਸਤਾਨ ਦਾ ਦੁਸ਼ਮਣ ਆ, ਜਿਹੜਾ ਉਧਰ ਆ ਇੰਡੀਆ ਦਾ ਦੁਸ਼ਮਣ। ਜੇ ਕੋਈ ਬੰਦਾ ਪਾਕਿਸਤਾਨ 'ਚ ਬਹਿ ਕੇ ਪਾਕਿਸਤਾਨ ਲਈ ਕੋਈ ਆਏ ਗਏ ਕਿਸੇ ਮਹਿਮਾਨ ਨਾਲ ਗਲਤ ਕੰਮ ਕਰਦਾ, ਉਹਦੇ ਵਿੱਚ ਬਦਨਾਮੀ ਕਿਹਦੀ ਹੈ? ਪਾਕਿਸਤਾਨ ਦੀ ਨਾ, ਉਸ ਬੰਦੇ ਨੂੰ ਤਾਂ ਕੋਈ ਨਹੀਂ ਜਾਣਦਾ ਹੈਗਾ, ਕੋਈ ਨਹੀਂ ਜਾਣਦਾ। ਉਹ ਇਹਦਾ ਮਤਲਬ ਹੈ ਕਿ ਉਹ ਪਾਕਿਸਤਾਨ ਦੇ ਵੀ ਦੁਸ਼ਮਣ ਆ, ਪਾਕਿਸਤਾਨ ਦੇ। ਹੁਣ ਦੇਖੋ ਮੇਰੇ ਨਾਲ ਉਹਨਾਂ ਨੇ ਅੱਛਾ ਸਲੂਕ ਕੀਤਾ ਤਾਂ ਮੈਂ ਅੱਛਾ ਸਲੂਕ ਤੁਹਾਨੂੰ ਵੇਖ ਦੱਸਦਾ ਪਿਆ, ਜੇ ਨਾ ਕੀਤਾ ਉਹਦੇ ਤਾਂ ਵੀ ਮੈਂ ਦੱਸਣਾ ਸੀ ਵੀ ਮੇਰੇ ਨਾਲ ਅੱਛਾ ਸਲੂਕ ਨਹੀਂ ਉਹਨਾਂ ਨੇ ਕੀਤਾ, ਮੇਰੇ ਨਾਲ ਅੱਛਾ ਸਲੂਕ ਕੀਤਾ। ਫਿਰ ਕਾਨਫਰੰਸ ਦੇ ਵਿੱਚ ਜਿਹੜੇ ਮੈਨੂੰ ਲੋਕ ਮਿਲੇ ਉੱਥੇ, ਇੱਥੋਂ ਜਿਹੜੇ ਫੈਸਲਾਬਾਦ ਜਿਨ੍ਹਾਂ ਦਾ ਜੰਮਪਲ ਸੀਗਾ, ਉਹ ਮੈਨੂੰ ਮਿਲੇ ਉੱਥੋਂ, ਪੜ੍ਹੇ ਲਿਖੇ ਸੀਗੇ, ਕੋਈ ਆਪਣੇ ਇਲਾਕੇ ਦਾ ਨਹੀਂ, ਕੋਈ ਬੰਦਾ ਕੋਈ ਉੱਤਰ ਪ੍ਰਦੇਸ਼ ਤੋਂ ਮਿਲ, ਫੈਸਲਾਬਾਦ ਦਾ ਬੰਦਾ ਸੀ, ਜੰਮਪਲ ਫੈਸਲਾਬਾਦ ਦਾ। ਅੱਛਾ, ਜੰਮਪਲ ਉੱਥੇ ਰਹਿੰਦੇ ਸੀਗੇ, ਫੈਸਲਾਬਾਦ ਰਹਿੰਦੇ ਸੀਗੇ। ਅੱਛਾ, ਉਹ ਮੈਨੂੰ ਮਿਲਿਆ, ਉਹ ਰਹਿੰਦਾ ਸੀ ਕਿਤੇ, ਮੇਰਾ ਖਿਆਲ ਆ ਸ਼ਾਇਦ ਉੱਤਰ ਪ੍ਰਦੇਸ਼ ਸੀ, ਰਹਿੰਦਾ ਸੀ, ਪੜ੍ਹਿਆ ਲਿਖਿਆ ਗੌਰਮੈਂਟ ਕਾਲਜ ਫੈਸਲਾਬਾਦ 'ਚ ਸੀਗਾ, ਉਹ ਮੈਨੂੰ ਮੇਰੇ ਗੱਲ ਲਾ ਕੇ ਰੋਇਆ। ਅੱਛਾ, ਕੋਈ ਨਾ ਜਜ਼ਬਾਤੀ, ਮੈਨੂੰ ਜਾਣ ਲੱਗ, ਮੈਨੂੰ ਕਹਿੰਦਾ ਤੂੰ ਵਾਪਸ ਜਾਣਾ ਫੈਸਲਾਬਾਦ ਜਦੋਂ ਜਾਏਗਾ ਨਾ, ਯਾਰ ਮੈਂ ਗੌਰਮੈਂਟ ਕਾਲਜ 'ਚ ਪੜ੍ਹਦਾ ਰਿਹਾ, ਉਹਦੀਆਂ ਕੰਧਾਂ ਨੂੰ ਚੁੰਮ ਕੇ, ਉਹਨਾਂ ਦੀਆਂ ਕੰਧਾਂ ਨੂੰ ਚੁੰਮ ਕੇ ਇੱਕ ਵਾਰੀ ਬੋਸਾ ਜ਼ਰੂਰ ਦੇਈਂ। ਕੀ ਬਾਤ ਆ, ਇਹ ਜਜ਼ਬਾ ਜਿਹੜੇ ਜਿੱਥੇ ਤੁਸੀਂ ਜੰਮੇ ਪਲੇ ਹੁੰਦੇ ਹੋ, ਇਹ ਜਜ਼ਬਾ ਹੁੰਦਾ ਹੈ, ਸਾਡੇ ਵਿੱਚ ਵੀ ਹੈ, ਸਾਨੂੰ ਵੀ ਸ਼ੌਕ ਹੈ, ਜਿੱਥੇ ਸਾਡੇ ਬਜ਼ੁਰਗ ਜੰਮੇ ਨੇ ਅਸੀਂ ਉੱਥੇ ਜਾ ਕੇ ਫਿਰੀਏ ਟੁਰੀਏ ਦੇਖੀਏ,
ਸਾਨੂੰ ਵੀਜ਼ਾ ਨਹੀਂ ਮਿਲਦਾ ਨਹੀਂ ਵੀਜ਼ਾ ਮਿਲਦਾ ਸਹੀ ਬਾਤ ਦੇਖੋ ਅਗਰ ਇਹ ਵੀਜ਼ਾ ਨਰਮ ਕਰ ਦੇਣ ਦੋਨੋਂ ਮੁਲਕਾਂ ਦਾ ਲੋਕ ਆਣ ਜਾਣ ਪਿਆਰ ਮੁਹੱਬਤ ਵੜੇ ਕਿ ਇਹ ਜਿਹੜੇ ਖੌਫ ਪੈਦਾ ਕੀਤੇ ਹੋਏ ਨੇ ਉਹਨਾਂ ਦੇ ਬੁੱਤ ਟੁੱਟ ਜਾਣੇ ਆ ਲੋਕ ਇਦਾਂ ਆਜ਼ਾਦੀ ਨਾਲ ਜਿੱਦਾਂ ਆ ਕੇ ਫਿਰਦੇ ਆ ਤੁਸੀਂ ਜਾਂਦੇ ਉਹ ਆਉਂਦੇ ਆ ਉਹਨਾਂ ਨੂੰ ਤਾਂ ਵੀਜ਼ਾ ਪਾਕਿਸਤਾਨ ਦੇ ਰਿਹਾ ਆ ਉਹ ਆ ਰਹੇ ਆ ਜਾ ਰਹੇ ਆ ਔਰ ਅੱਛੀਆਂ ਜਿਹੜੀਆਂ ਯਾਦਾਂ ਲੈ ਕੇ ਜਾ ਰਹੇ ਆ ਜਿਹਦੇ ਨਾਲ ਉਹਨਾਂ ਦੇ ਬਣਾਏ ਹੋਏ ਬੁੱਤ ਜਿਹੜੇ ਕਈਆਂ ਸਾਲਾਂ ਤੋਂ ਉਹਨਾਂ ਨੇ ਬੜੀ ਮਿਹਨਤ ਕਰਕੇ ਬਣਾਏ ਸੀ ਉਹ ਹੁਣ ਮੂਧੇ ਮੂੰਹ ਡਿੱਗ ਪਏ ਆ ਬਿਲਕੁਲ ਤੇ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਣੀਆਂ ਚਾਹੀਦੀਆਂ ਦਿੱਲੀ ਸ਼ਰੀਫ ਦੇ ਵਿੱਚ ਖਾਜਾ ਨਿਜ਼ਾਮਉਦੀਨ ਔਲੀਆ ਰਹਿਮਤੁੱਲਾਹ ਅਲੈਹ ਦਾ ਦਰਬਾਰ ਸ਼ਰੀਫ ਹੈ ਜੀ ਉਹਨਾਂ ਦੇ ਦੋਸਤ ਉਹਨਾਂ ਦੇ ਰਫੀਕ ਅਮੀਰ ਖੁਸਰੂ ਰਹਿਮਤੁੱਲਾਹ ਅਲੈਹ ਜਿਨ੍ਹਾਂ ਨੂੰ ਤੂਤੀਏ ਹਿੰਦੁਸਤਾਨ ਕਹਿੰਦੇ ਸੀ ਦੋਨਾਂ ਦਾ ਇਕੱਠਾ ਦਰਬਾਰ ਹੈ ਉਹਨਾਂ ਦੀ ਤੁਸੀਂ ਕਿਤੇ ਦਾਸਤਾਨ ਪੜ੍ਹੋ ਬੜੀ ਮਜ਼ੇਦਾਰ ਦਾਸਤਾਨ ਹੈ ਖਾਜਾ ਨਿਜ਼ਾਮਉਦੀਨ ਔਲੀਆ ਔਰ ਅਮੀਰ ਖੁਸਰੂ ਦੀ ਉਹਨਾਂ ਦਾ ਪਿਆਰ ਬੜਾ ਸੀ ਦੋਨਾਂ ਦਾ ਮੈਂ ਉੱਥੇ ਵੀ ਹਾਜ਼ਰੀ ਦਿੱਤੀ ਮੈਂ ਦੁਆ ਵੀ ਕੀਤੀ ਉੱਥੇ ਤੇ ਬੜਾ ਇੱਕ ਅਜੀਬ ਨਜ਼ਾਰਾ ਸੀ ਬਜ਼ੁਰਗਾਂ ਨੇ ਦੀਨ ਤੇ ਤੁਸੀਂ ਜਦੋਂ ਦਰਬਾਰ ਤੇ ਜਾਂਦੇ ਹੋ ਹਾਂਜੀ ਤੁਹਾਨੂੰ ਆਪਣਾ ਇੱਕ ਅਲੱਗ ਹੀ ਸਕੂਨ ਮਿਲਦਾ ਜੱਲੀਆਤ ਦੇ ਮਰਕਜ਼ ਆ ਜੀ ਤੇ ਅੱਛਾ ਮਲਕ ਸਾਹਿਬ ਤੁਹਾਡਾ ਫੇਰ ਕਦੇ ਦਿਲ ਨਹੀਂ ਕੀਤਾ ਹੈਗਾ ਵੀ ਸਾਨੂੰ ਜਾਣਾ ਚਾਹੀਦਾ ਬੜਾ ਦਿਲ ਕੀਤਾ ਬੜਾ ਦਿਲ ਕੀਤਾ ਮੈਂ ਬੜੀ ਦਫਾ ਅਪਲਾਈ ਕਰ ਚੁੱਕਿਆ ਉਸ ਤੋਂ ਬਾਅਦ ਹਰ ਸਾਲ ਅਪਲਾਈ ਕਰਦਾ ਵਜ਼ਾਰਤ ਏ ਮਜ਼ਬੀ ਅਮੂਰ ਡੈਲੀਗੇਸ਼ਨ ਲੈ ਕੇ ਜਾਂਦੀ ਆ ਉਰਸਾਂ ਦੇ ਉੱਤੇ ਜਮੇਰ ਸ਼ਰੀਫ ਮੁਖਤਲਫ ਕਲੀਅਰ ਸ਼ਰੀਫ ਜਾਂਦੇ ਨੇ ਫਿਰ ਆਪਣਾ ਸਰਹੰਦ ਸ਼ਰੀਫ ਜਾਂਦੇ ਨੇ ਨਿਜ਼ਾਮਉਦੀਨ ਔਲੀਆ ਰਹਿਮਤੁੱਲਾਹ ਅਲੈਹ ਦਾ ਉਰਸ ਹੁੰਦਾ ਹਰ ਸਾਲ ਅਮੀਰ ਖੁਸਰੂ ਰਹਿਮਤੁੱਲਾਹ ਅਲੈਹ ਦਾ ਕਰਦੇ ਆ ਉਹ ਆਪਣਾ ਸਾਡਾ ਨਾਂ ਇੱਥੋਂ ਨਿਕਲ ਆਉਂਦਾ ਲੇਕਿਨ ਜਦੋਂ ਟਾਈਮ ਆਉਂਦਾ ਉਹ ਵੀਜ਼ੇ ਨਹੀਂ ਦਿੰਦੇ ਵੀਜ਼ੇ ਨਹੀਂ ਵਿੱਚ ਕੋਵਿਡ ਆ ਗਿਆ ਸੀ ਕੋਵਿਡ ਦੀ ਵਜ੍ਹਾ ਤੋਂ ਵੀ ਵੀਜ਼ੇ ਬੈਨ ਕੀਤੇ ਰੱਖੇ ਉਹਨਾਂ ਨੇ ਇਹ ਹੁਣ ਪਿਛਲੇ ਸਾਲ ਗਏ ਨੇ ਆਪਣਾ ਖਾਜਾ ਨਿਜ਼ਾਮਉਦੀਨ ਔਲੀਆ ਦੇ ਦਰਬਾਰ ਉਰਸ ਤੇ ਲੇਕਿਨ ਉਹ 250 ਬੰਦੇ ਲੈ ਕੇ ਜਾਣੇ ਸੀ 150 ਬੰਦੇ ਨੂੰ ਵੀਜ਼ਾ ਦਿੱਤਾ ਸੀ ਤੁਸੀਂ ਕੀਤਾ 2016 ਦੇ ਵਿੱਚ ਹਾਂਜੀ ਉਹਦਾ ਨਸ਼ਾ ਕਿੰਨੇ ਦਿਨ ਰਿਹਾ ਆ ਕੇ ਹੁਣ ਤੱਕ ਨਸ਼ਾ ਅੱਛਾ ਹੁਣ ਤੱਕ ਫਿਲਮ ਘੁੰਮਦੀ ਰਹਿੰਦੀ ਹੈ ਦਿਲ ਕਰਦਾ ਰਹਿੰਦਾ ਜਾਈਏ ਫੇਰ ਜਾ ਕੇ ਫਿਰ ਯਾਦਾਂ ਜਿਹੜੀਆਂ ਵਕਤਨ ਫੋਕਤਨ ਤਾਜ਼ਾ ਹੁੰਦੀਆਂ ਆਉਂਦੀਆਂ ਰਹਿੰਦੀਆਂ ਉਹ ਤਸਵੀਰਾਂ ਫੇਸਬੁੱਕ ਤੇ ਪਾਈਆਂ ਉਹ ਫੇਸਬੁੱਕ ਤੇ ਕੋਈ ਨਾ ਕੋਈ ਮੈਮੋਰੀ ਜਿਹੜੀ ਉਹ ਦੁਬਾਰਾ ਸ਼ੇਅਰ ਕਰ ਦਿੰਦਾ ਉਹ ਫੇਰ ਇੱਕ ਵਾਰੀ ਫਿਲਮ ਚੱਲ ਜਾਂਦੀ ਹੈ ਫਿਰ ਯਾਦਾਂ ਤਾਜ਼ਾ ਹੋ ਜਾਂਦੀਆਂ ਫਿਰ ਦਾ ਲੱਗੇ ਦਿਲ ਕਰਦਾ ਜਾਣ ਨੂੰ ਫਿਰਨ ਨੂੰ ਮਲਕ ਸਾਹਿਬ ਨਾਲ ਬਹੁਤ ਵਧੀਆ ਗੱਲਾਂ ਹੋਈਆਂ ਜੀ ਮਲਕ ਸਾਹਿਬ ਕੋਲ ਜਾਂਦੀ ਵਾਰੀ ਆਪਾਂ ਇਹ ਪੁੱਛਣਾ ਕਿ ਮਲਕ ਸਾਹਿਬ ਤੁਸੀਂ ਸਾਨੂੰ ਇਹ ਦੱਸੋ ਕਿ ਆਪਣੀ ਜਿਹੜੀ ਕੌਮ ਆ ਪੰਜਾਬੀ ਕੌਮ ਇਹਨਾਂ ਨੂੰ ਚੜ੍ਹਦੇ ਪੰਜਾਬ ਨਾਲ ਤੇ ਚੜ੍ਹਦੇ ਵਾਲੇ ਨੂੰ ਸਾਡੇ ਨਾਲ ਕਿਸ ਤਰ੍ਹਾਂ ਦਾ ਕੋਈ ਰਵੱਈਆ ਇਖਤਿਆਰ ਕਰਨਾ ਚਾਹੀਦਾ ਜਿਹਦੇ ਨਾਲ ਆਪਾਂ ਇੱਕ ਦੂਜੇ ਦੇ ਨੇੜੇ ਹੋਈਏ ਨਫ਼ਰਤਾਂ ਖਤਮ ਹੋਣ ਦੇਖੋ ਜੀ ਮੈਂ ਤਾਂ ਸਮਝਦਾ ਕਿ ਨਫ਼ਰਤਾਂ ਹੈ ਹੀ ਨਹੀਂ ਨਫ਼ਰਤਾਂ ਅੱਗੇ ਵੀ ਨਹੀਂ ਹੈਗੀਆਂ ਨਫ਼ਰਤਾਂ ਸਾਨੂੰ ਖਤਮ ਕਰਨੀਆਂ ਚਾਹੀਦੀਆਂ ਇੱਕ ਹਵਾ ਬਣਾਇਆ ਹੋਇਆ ਆ ਉਹ ਹਵਾ ਕਿੱਦਾਂ ਤੋੜਾਂਗੇ ਆਪਾਂ ਉਹ ਹਵਾ ਸਾਡੀਆਂ ਹਕੂਮਤਾਂ ਨੇ ਤੋੜਨਾ ਸਾਡੀ ਆਵਾਮ ਨੇ ਕੋਈ ਹਵਾ ਨਹੀਂ ਬਣਾਇਆ ਇਹ ਹਕੂਮਤਾਂ ਦੀ ਲੜਾਈ ਆ ਹਕੂਮਤਾਂ ਜਾਣਨ ਮੀਡੀਆ ਨੇ ਤੇ ਹਕੂਮਤ ਨੇ ਬਣਾਇਆ ਮੀਡੀਆ ਔਰ ਹਕੂਮਤਾਂ ਇਹ ਦੋਨਾਂ ਹਕੂਮਤਾਂ ਨੂੰ ਸਿਰ ਜੋੜਨਾ ਸਾਡੀ ਤਰਫੋਂ ਮੀਡੀਆ ਇੰਨਾ ਨਹੀਂ ਕਰਦਾ ਮੈਂ ਦੋਨਾਂ ਹਕੂਮਤਾਂ ਦੇ ਅੱਗੇ ਹੱਥ ਜੋੜਾਂਗਾ ਇਹਨਾਂ ਦੀ ਮਿੰਤ ਕਰਾਂਗਾ ਕਿ ਆਮ ਜਨਤਾ ਨੂੰ ਬਖਸ਼ ਦਿਓ ਤੁਸੀਂ ਆਪਣੀ ਲੜਾਈ ਆਪ ਲੜੋ ਇੱਕ ਦੂਜੇ ਦੇ ਨੇੜੇ ਹੋਣਾ ਚਾਹੁੰਦੇ ਆਪਣੀ ਲੜਾਈ ਆਪ ਲੜੋ ਆਪਣਾ ਗੁੱਸਾ ਸਾਡੇ ਤੇ ਨਾ ਕੱਢੋ ਦੇਖੋ ਜੀ ਅਗਰ ਆਪਾਂ ਤਜਾਰਤ ਦੀ ਗੱਲ ਕਰੀਏ ਤਾਂ ਸਾਨੂੰ ਚੀਜ਼ ਬਾਰਡਰ ਤੋਂ ਪਾਰ ਟਰਾਲੀ ਤੇ ਵੀ ਆ ਸਕਦੀ ਆ ਦੇਖੋ ਸਾਨੂੰ ਸੌਖਾ ਆ ਹੁਣ ਪਿਆਜ਼ ਦਾ ਪੈਣਾ ਆ ਪਿਆਜ਼ ਦਾ ਬਹਰਾਨ ਸੀਗਾ ਸਲਾਬ ਆ ਗਿਆ ਸਾਨੂੰ ਸਿੰਧ ਚੋਂ ਪਤਾ ਜਦੋਂ ਪਿਆਜ਼ ਆਉਂਦਾ ਸਾਨੂੰ ਉਹ ਫਿਕਰ ਨਹੀਂ ਹੁੰਦੀ ਹੁਣ ਸਿੰਧ ਵਿੱਚ ਲੋਕ ਮੁਸੀਬਤ ਚ ਫਸਲਾਂ ਰੋਂਦੀਆਂ ਸਾਰਾ ਕੁਝ ਨੁਕਸਾਨ ਹੋਇਆ ਇੱਕ ਵਜ੍ਹਾ ਹੋ ਗਈ ਕਿ ਸਾਡਾ ਅਸੀਂ ਸਾਡੇ ਰਵਾਬਤ ਹੁੰਦੇ ਅਲੈਕਸ ਲੈਕ ਹੁੰਦੀ ਤਜਾਰਤ ਹੋ ਰਹੀ ਹੁੰਦੀ ਤੇ ਸਾਨੂੰ ਪਰੇਸ਼ਾਨੀ ਨਾ ਹੁੰਦੀ ਸਾਨੂੰ ਕਿੱਥੋਂ ਕਿੱਥੋਂ ਮਿਸਰ ਚੋਂ ਪਿਆਜ਼ ਮੰਗਾਉਣਾ ਪਿਆ ਸਾਨੂੰ ਜਨਾਬ ਆਪਣਾ ਇਰਾਨ ਤੋਂ ਮੰਗਾਉਣਾ ਪਿਆ ਦੁਬਈਓਂ ਮੰਗਾਉਣਾ ਪਿਆ ਡਾਲਰਾਂ 'ਚ ਮੰਗਾਉਣਾ ਪਿਆ ਡਾਲਰਾਂ 'ਚ ਮੰਗਾਉਣਾ ਉਹ ਸਾਨੂੰ ਮਹਿੰਗਾ ਲੈਣਾ ਪਿਆ ਇਹੀ ਅਗਰ ਸਾਡਾ ਤਜਾਰਤ ਸਾਡੀ ਇੰਡੀਆ ਨਾਲ ਖੁੱਲ੍ਹੀ ਹੁੰਦੀ ਤੇ ਉਹ ਅਸੀਂ ਭਾਰਤੀ ਪੰਜਾਬ ਦੇ ਵਿੱਚੋਂ ਜਿਹੜਾ ਅਸੀਂ ਉਹ ਲੈ ਸਕਦੇ ਸੀਗੇ ਪਿਆਜ਼ ਔਰ ਸਸਤਾ ਲੈ ਸਕਦੇ ਸੀ ਸਾਡੀ ਜ਼ਰੂਰਤ ਪੂਰੀ ਹੋ ਸਕਦੀ ਸੀ ਇਦਾਂ ਹੀ ਉਹਨਾਂ ਨੇ ਵੀ ਜ਼ਰੂਰਤ ਪੈ ਸਕਦੀ ਹੈ ਗਿਵਨ ਟੇਕ ਹੈ ਨਾ ਤੁਸੀਂ ਕੁਝ ਲਓ ਕੁਝ ਦਿਓ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਖੁਦ ਸਾਖਤਾ ਉਹ ਖਤਮ ਹੋ ਸਕਦੀ ਉਹ ਖਤਮ ਹੋ ਸਕਦੀ ਇਹ ਸਾਨੂੰ ਜਿਹੜੇ ਆਪਣਾ ਬਹਰਾਨ ਸੀਗਾ ਬਹੁਤ ਸਾਰੀਆਂ ਸਬਜ਼ੀਆਂ ਦਾ ਉਹ ਅਗਰ ਸਾਡੀ ਤਜਾਰਤ ਹੋ ਰਹੀ ਹੁੰਦੀ ਸਾਡੇ ਹਾਲਾਤ ਅੱਛੇ ਹੁੰਦੇ ਸਾਨੂੰ ਪੰਜਾਬ ਚੋਂ ਪਿਆਜ਼ ਮਿਲ ਜਾਣਾ ਸੀ ਤੇ ਅਸੀਂ ਆਪਣਾ ਵਕਤ ਨਗਾ ਲੈਣਾ ਸੀਗਾ ਤੇ ਇਦਾਂ ਹੀ ਉਹਨਾਂ ਨੂੰ ਕੋਈ ਜਦੋਂ ਕੋਈ ਕਿਸੇ ਚੀਜ਼ ਦੀ ਮੁਸ਼ਕਲ ਕਿੱਲਤ ਆਉਂਦੀ ਤੇ ਉਹ ਵੀ ਆਪਣਾ ਸਾਡੇ ਕੋਲ ਵੀ ਲੈ ਸਕਦੇ ਸੀ ਠੀਕ ਲੇਕਿਨ ਬਦਕਿਸਮਤੀ ਨਾਲ ਹੁਣ ਤੇ ਕੋਈ ਖਤ ਨਹੀਂ ਭੇਜ ਸਕਦੇ ਤੁਸੀਂ ਖਤ ਨਹੀਂ ਭੇਜ ਸਕਦੇ ਸਹੀ ਗੱਲ ਹੁਣ ਤੇ ਨਾ ਉਧਰੋਂ ਕੋਈ ਖਾਤਾ ਆ ਸਕਦਾ ਨਾ ਤੁਸੀਂ ਖਤ ਭੇਜ ਸਕਦੇ ਭੇਜ ਸਕਦੇ ਸਹੀ ਗੱਲ ਬਹੁਤ ਸ਼ੁਕਰੀਆ ਜੀ ਮਲਕ ਸਾਹਿਬ ਨਾਲ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਅਮਨ ਦੇ ਸਫੀਰ ਦੇ ਤੌਰ ਤੇ ਇਹਨਾਂ ਨੇ ਇੱਕ ਸਾਨੂੰ ਸੁਨੇਹਾ ਦਿੱਤਾ ਜਿਹਦੇ ਵਿੱਚ ਇਹੀ ਕਿਹਾ ਆ ਕਿ ਜਿਹੜਾ ਨਾ ਕੜਤਣਾ ਆਵਾਮ 'ਚ ਨਹੀਂ ਹੈਗੀਆਂ ਪੈਦਾ ਕੀਤੀਆਂ ਗਈਆਂ ਉਹ ਵੀ ਖਤਮ ਹੁੰਦੀਆਂ ਜਾ ਰਹੀਆਂ ਆ
आने वाले टाइम दे विच सानू एक दूसरे नाल तजारत भी करनी चाहिए है, मेल मिलाप भी करना चाहिए, एक दूजे तो फायदा भी चुकना चाहिए। फायदा की आ, जिहड़ी चीज़ साढ़े सस्ती आ उधर महंगी आ असीं उन्हां नूं दईए, उधर जिहड़ी सस्ती आ सानू लोड़ आ उह सानू भेजण। तो ये उदों ही होना आ जदों साडियां गवर्नमेंटां नूं इस चीज़ का ख्याल आया कि असीं बाई एयर जिहड़ियां चीज़ां महंगीआं मंगांदे आ बेहतर आ कि आपां बाई रोड जिहड़ियां उह अपने गुआंढी मुल्कां कोल एक दूजे नूं लईए दईए, उहदे नाल बिलाशुबा जिहड़ा फायदा ना आवाम नूं होएगा और मुल्क नूं होएगा, बेशक साडी जिहड़ी मजबूत होएगी जी। इंशाल्लाह किसे होर नवें प्रोग्राम ਤੁਹਾਡੀ ਖਿਦਮਤ ਸ਼ਾਦਰ ਹੋਵਾਂਗੇ ਜੀ। ਰੱਬ ਰਾਖਾ। ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦਿਓ, ਗੰਦੀਆਂ ਸਿਆਸਤਾਂ ਨੂੰ ਬੰਦ ਕਰ ਦਿਓ, ਹੁਣ ਲੀੜਿਆਂ ਦੇ ਵਾਂਗ ਤੁਸੀਂ ਚੇਂਜ ਕਰ ਦੇ ਆਪਣੇ ਬਿਆਨਾਂ ਉੱਤੇ ਕਿਉਂ ਨਹੀਂ ਟਿਕ